ਕਹਿੰਦਾ ਵੀ ਸੁੱਖੀ ਦਵਾਈਆਂ ਵਾਲੇ ਦੀ ਵੀ ਦੇ ਤੇ, ਮੋਟਰਾਂ ਵਾਲੇ ਮਿਸਤਰੀ ਦੇ ਦੇ ਤੇ, ਅਤੇ ਸੌਦੇ ਪੱਤੇ ਵਾਲੇ ਦੇ ਤੇ, ਰੁਪਈਏ ਇੰਨੇ ਕੁ ਬਚ ਗਏ ਹੈ ਨਾ। ਕੀ ਹੋ ਗਿਆ, ਇਕੱਲਾ ਹੀ ਕੁੜਕੁੜ ਜੀ ਕਰੀ ਜਾਂਦਾ ਕਾਹਨੂੰ? ਮੈਂ ਤਾਂ ਹਿਸਾਬ ਕਿਤਾਬ ਜਿਹਾ ਕਰਦਾ ਜੀ ਕਣਕ ਕਣਕ ਦਾ। ਅੱਛਾ, ਹਾਂ ਤੂੰ ਕਿਵੇਂ ਕੱਪੜੇ ਧੋਏ? ਮੈਂ ਤਾਂ ਧੋਇਆ ਹੀ ਸਾਰੇ, ਮੈਂ ਕਿਹਾ ਮੀਂਹਾਂ ਨਹੀਂ ਪਤਾ ਲੱਗਦਾ। ਮੈਂ ਤਾਂ ਨਾਲ ਦੀ ਨਾਲ ਜਿਹੜੇ 4 ਲੀੜੇ ਧੋ ਕੇ ਕੋਠੇ ਤੇ ਪਾਏ, ਹੋਰ ਮੈਂ ਕਿਹਾ ਮਸਾਂ ਧੁੱਪ 'ਚ ਨਿਕਲੀ ਆ। ਚੱਲ ਵਧੀਆ, ਮੌਸਮ ਜਿਹਾ ਖਰਾਬ ਆਗਾ। ਹਾਂ ਮੈਂ ਤਾਂ ਉਹ ਕਰਦਾ ਜੀ ਕਣਕ ਦਾ ਹਿਸਾਬ ਕਿਤਾਬ ਕੀਤਾ ਗਾ। ਅੱਛਾ, ਕਣਕ ਹੋਊਗੀ ਆਪਣੀ ਸਾਰੀ 2.5 ਲੱਖ ਦੀ। ਹਾਂ, ਅਤੇ ਬਾਕੀ ਕੰਬਾਈਨ ਵਾਲੇ ਦੇ ਦੇਤੇ, ਤੂੜੀ ਵਾਲੇ ਦੇ ਦੇਤੇ ਸਾਰੇ। ਹਾਂ, ਅਤੇ ਫੌਜੀ ਦੇ ਦੇਤੇ ਕੱਪੜਿਆਂ ਵਾਲੇ ਦੇ। ਬਈ ਤੂੰ ਗੱਲ ਐਂ ਮੁਕਾ, ਵੀ ਦੇ ਲੈ ਕੇ ਬਚ ਗਿਆ ਕੁਛ? ਬਚ ਤਾਂ ਗਿਆ, ਇੰਨੇ ਨਹੀਂ ਬਚੇ। ਦੇ ਲੈ ਕੇ ਸਾਰਾ ਲਿਮਟਾਂ ਲਿਮਟਾਂ ਭਰ ਕੇ, ਸਟੈਡੀ ਦੇ ਵਿੱਚ ਭਰ ਕੇ 1 ਲੱਖ ਰੁਪਈਆ ਬਚਿਆ। ਅੱਛਾ, ਹੁਣ ਦੇਖ ਅੱਗੇ ਭਈਆਂ ਨੂੰ ਲਵਾਈ ਵੀ ਦੇਣੀਆਂ ਹੈ ਨਾ, ਹੋਰ ਵੀ ਖਰਚਾ ਵਰਚਾ ਕਰਨਾ, ਆਹ ਕੱਦੂ ਕੁੱਦੂ ਕਰਨਾ, ਡੀਜ਼ਲ ਲਿਆਉਣਾ ਗਾ, ਹੋਰ ਆ ਮੱਕੀ ਦਾ ਚਾਰ ਪਾਉਣ ਵਾਲਾ ਪਿਆ, ਉਹਦੇ ਵੀ ਤੈਨੂੰ ਪਤਾ 45-50 ਹਜ਼ਾਰ ਰੁਪਈਆ ਲੱਗੂਗਾ। ਬਾਕੀ ਰੇਹਾਂ ਸਪਰੇਹਾਂ ਦੇ ਸਾਰੇ ਰਹਿੰਦੇ ਨੇ, ਆਹੋ ਚੱਲ ਤਾਂ ਹੁਣ ਕਰਨੇ ਹੀ ਪੈਣਗੇ ਦੇਖ। ਹਾਂ, ਵਢਾਈ ਵਾਲੇ ਬਹੁਤ ਲੈਂਦੇ ਨੇ ਐਤਕੀ, ਮੇਰੇ ਹਿਸਾਬ ਨਾਲ 10 ਹਜ਼ਾਰ ਨਾਲ ਕਰਦੇ ਨੇ, ਪਿਛਲੇ ਸਾਲ 8 ਹਜ਼ਾਰ ਰੁਪਈਆ ਲੈਂਦੇ ਸੀ। ਬਈ ਰੁਪਈਆ ਗੱਲ ਮੁਕਾ, ਵੀ ਆਪਣੇ ਕੋਲ ਰਹਿ ਗਿਆ 1 ਲੱਖ, ਹਜੇ ਖਰਚੇ ਖੜੇ ਨੇ ਪੂਰੇ, ਅਤੇ ਬਈ ਦੱਬ ਘੁੱਟ ਕੇ ਗੁਜ਼ਾਰਾ ਕਰ ਲਈ ਜਿੰਨਾ ਟਾਈਮ ਆਪਣੀ ਸੌਣੀ ਨਹੀਂ ਆਉਂਦੀ ਜੀਰੀ ਆਉਣ ਤੱਕ। ਬਈ ਕੋਈ ਫਜ਼ੂਲ ਖਰਚ ਨਾ ਕਰੀਏ, ਪਹਿਲਾਂ ਕਰਦੇ ਹਾਂ। ਤੂੰ ਵੀ ਨਾ ਕਾਵਣੀਆਂ ਗੱਲਾਂ ਕਰਦਾ, ਜਿਵੇਂ ਮੈਂ ਅੱਜ ਦੀ ਵਿਆਹੀ ਆਈ ਹੁੰਦੀ ਹਾਂ। ਮੈਨੂੰ ਵੀ ਕਬੀਲਦਾਰੀ ਸਾਰੀ ਪਤਾ ਗਾ, ਵੀ ਮੈਂ ਕਿਹੜਾ ਜਾਣਦੀ ਨਹੀਂ ਕੋਈ ਗੰਮ ਦਾ। ਗੱਲ ਤਾਂ ਮੇਰੀ ਇਹ ਸੁਣ ਲਾ ਧਿਆਨ ਨਾਲ, ਦੇਖ ਭਾਈ ਮੈਂ ਤਾਂ ਹੱਥ ਘੁੱਟ ਕੇ ਕਰ ਲੂੰਗੀ ਗੁਜ਼ਾਰਾ, ਚੱਲ ਕੋਈ ਨਹੀਂ ਬਾਹਲਾ ਜਾਊਗਾ, ਨਾ ਕੋਈ ਸੁਰਖੀ ਬਿੰਦੀ ਲਿਆਊਂਗੀ, ਨਾ ਕੋਈ ਸੂਟ ਲਿਆਊਂਗੀ। ਹੁਣ ਜੇ ਕੋਈ ਬਿਮਾਰ ਹੋ ਜੇ, ਦਵਾਈ ਦਾ ਪੜਾ ਤਾਂ ਲਿਆਉਣਾ ਪਊਗਾ, ਉਹ ਤਾਂ ਮੈਂ ਗੱਲ ਸਮਝੇ ਨਾ, ਰਾਸ਼ਨ ਪੱਤਾ ਮੁੱਕ ਜੇ ਉਹ ਵੀ ਲਿਆਉਣਾ ਪਊਗਾ। ਤਾਂ ਬੜਾ ਭਾਈ ਦੇਖ, ਅਦਰ ਕੋਈ ਵਿਆਹ ਸ਼ਾਦੀ ਆਗਾ, ਕੋਈ ਮਰਗ ਠਰਗ ਹੋ ਗਈ, ਜਾਣਾ ਤਾਂ ਪਊਗਾ। ਦੇਖ ਬਾਲੇ ਖਰਚੇ ਤਾਂ ਮੈਂ ਨਹੀਂ ਕਰਦੀ, ਤੈਨੂੰ ਪਤਾ ਹੀ ਆ ਮੇਰਾ। ਉਹ ਚੱਲ ਕਮਲੀ, ਉਹ ਤਾਂ ਮੈਂ ਰੋਕਦਾ ਨਹੀਂ, ਹੁਣ ਖਰਚੇ ਤੈਨੂੰ ਪਤਾ ਦਿਨੋ ਦਿਨ ਵੱਧਦੇ ਜਾਂਦੇ ਨੇ, ਜਵਾਕ ਹੋ ਗਏ ਆਪਣੇ ਵੱਡੇ, ਉਹਨਾਂ ਦੇ ਵੀ ਫੀਸ ਵੱਧ ਗਈ ਹੈ, ਹੋਰ ਵੀ ਖਰਚੇ ਵੱਧ ਜਾਂਦੇ ਨੇ, ਡੀਜ਼ਲ ਕਿੰਨਾ ਮਹਿੰਗਾ ਹੋ ਗਿਆ। ਜਿਹੜੀ ਵੱਧ ਗਈ ਵੱਧ ਗਈ, ਅੱਜ ਇਹ ਖਾਣ ਦਾ ਹੋਰ ਹੀ ਰਸੇ ਤੇ ਚੜਾ ਤੇ ਜਵਾਕ। ਆ ਜਦੋਂ ਆਪਣਾ ਵੇਲਾ ਹੁੰਦਾ ਸੀ, ਇੱਕ ਵਰਦੀ ਹੁੰਦੀ ਸੀ, ਹੈ ਇੱਕ ਵਰਦੀ ਨਾਲ 5-5 ਕਲਾਸਾਂ ਘੱਟ ਜਾਂਦੇ ਸੀ, ਤੇ ਆ ਹੁਣ ਨਵਾਂ ਗੱਜਰਖਾਨਾ ਛੇੜ ਕੇ ਰੱਖਤਾ। ਆਖੇ ਕੀ ਕਹਿੰਦੇ ਹੁੰਦੇ, ਸੋਮਵਾਰ ਨੂੰ ਵਰਦੀ ਹੋਰ, ਮੰਗਲਵਾਰ ਨੂੰ ਹੋਰ, ਆਖੇ ਬੁੱਧਵਾਰ ਨੂੰ ਹੋਰ, ਵੀਰਵਾਰ ਨੂੰ ਹੋਰ, ਜੇ ਖੜਦਾ ਇੰਨੀਆਂ ਦਾ ਫੀਸਾਂ ਦਾ ਖਰਚਾ ਨਹੀਂ ਜਿੰਨਾ ਵਰਦੀਆਂ ਦਾ ਜਾਂਦਾ। ਉਹ ਬਸ ਗੱਲ ਐਂ ਇਹ ਸਕੂਲ 'ਚ ਫੀਸ ਹੈਗੀ ਆ 2 ਲੱਖ ਦੀ, ਬਾਕੀ ਸਕੂਲ ਹੁਣ ਨਵੇਂ ਖੁੱਲ੍ਹੇ ਨੇ, 50-60 ਹਜ਼ਾਰ ਲੈਂਦੇ, ਇੱਥੇ ਫੀਸ ਹੈਗੀ ਆ ਠੀਕ। ਤਾਂ ਕਹਿਣਾ ਵੀ ਚੱਲ ਵਰਦੀ ਇੱਕ ਅੱਧੀ ਵੱਧ ਦਵਾ ਦਾਂਗੇ, ਤਾਂ ਕੀ ਹੁਣ ਅਗਲੇ ਆਪਾਂ ਮੋੜ ਥੋੜ੍ਹਾ ਸਕਦੇ ਹਾਂ ਵੀ ਅਸੀਂ ਵਰਦੀ ਨਹੀਂ ਦਵਾਉਂਦੇ, ਅਗਲਾ ਕੋਈ ਕਿਸੇ ਹੋਰ ਸਕੂਲ 'ਚ ਲਾ ਦਿਓ, ਹੈ ਨਾ, ਵੀ ਸਾਡਾ ਤਾਂ ਕਾਨੂੰਨ ਆ ਸਕੂਲ ਦਾ, ਇਹ ਗੱਲ ਹੁੰਦੀ ਆ। ਕੋਈ ਨਹੀਂ ਕੋਈ ਨਹੀਂ, ਬਾਕੀ ਜੇ 4 ਪੈਸੇ ਪਹਿਲਾਂ ਜੋੜੇ ਹੁੰਦੇ ਉੱਥੋਂ ਆਉਂਦਾ, ਉਹ ਤਾਂ ਤੂੰ ਪੇਕਿਆ ਮਗਰ ਲੱਗ ਕੇ ਮੈਂ ਕੋਠੀ ਪਾਉਣੀ ਹੁਣ ਇਹਨੂੰ ਚੱਟ ਲਾ 25 ਲੱਖ ਲਾ ਕੇ, ਤੇ ਪੋਚਾ ਨਹੀਂ ਲੱਗਦਾ। ਹੋੜ ਖੋੜ ਕੇ ਕਹਿੰਦਾ ਬੋਤੀ ਉਸੇ ਬੋੜ ਥੱਲੇ, ਵੀ ਗੱਲ ਤਾਂ ਅਸਲ ਇਹ ਹੈ ਕਿ ਤੂੰ ਲੜਨਾ ਤਾਂ ਮੇਰੇ ਨਾਲ ਸੀਗਾ, ਓਏ ਉਹ ਨਹੀਂ ਹੁਣ ਤੈਨੂੰ ਕੋਠੀ ਵੀ ਨਾ ਮੈਂ ਅਣਸਰ ਤੈਨੂੰ ਪਵਾਈ ਹੈ। ਹੁਣ ਸਫਾਈ ਤਾਂ ਹੁੰਦੀ ਨਹੀਂ ਇਹਦੀ, ਪੋਚਾ ਸਫਾਈ ਕਿਉਂ ਨਹੀਂ ਹੁੰਦੀ, ਤੂੰ ਸਫਾਈ ਕਰਦਾ ਗਾ। ਆ ਦੇਖ ਲਾ ਜਦੋਂ ਮੇਰੇ ਪੇਕੇ ਆਉਂਦੇ ਸੀ, ਸੁੱਖ ਨਾਲ ਇੰਨੇ ਸੋਹਣੇ ਤਿਆਰ ਬਿਆਰ ਹੋ ਕੇ ਆਉਂਦੇ, ਤੇ ਇੱਥੇ ਇੱਕ ਕਾਮਰਾ ਢਿੱਡੀ ਜਿੱਡਾ, ਉਹ ਵੀ ਬਾਲਿਆਂ ਵਾਲੀ ਛੱਤ, ਵੀ ਮੈਨੂੰ ਤਾਂ ਸ਼ਰਮ ਆਉਂਦੀ ਹੁੰਦੀ ਸੀ। ਤੇ ਨਾਲੇ ਹੋਰ ਤਾਂ ਦੇਖ ਲਾ, ਆ ਭੋਲੇ ਕਹਿੰਦੇ ਕੋਠੀ ਆਪਣ ਤੋਂ ਪਹਿਲਾਂ ਬਾਲੀ, ਆ ਜਰਨਾਇਲ ਕਹਿੰਦੇ ਕੋਠੀ ਆਪਣ ਤੋਂ ਪਹਿਲਾਂ ਬਾਲੀ, ਵੇ ਕੱਲੇ ਕਹਿੰਦੇ ਵੀ ਬਰਾਬਰ ਕੋਠੀ ਖੜੀ ਕਰਦੀ, ਮੈਨੂੰ ਤਾਂ ਭਾਈ ਸ਼ਰਮ ਆਉਂਦੀ ਸੀ। ਫਿਰ ਹੁਣ ਅਗਲੇ ਤਾਂ 2 ਨੰਬਰ ਦਾ ਪੈਸਾ ਆਉਂਦਾ, ਤੇਰੇ ਤਾਂ ਹੱਕ ਸੱਚ ਦੀ ਕਮਾਈ ਆ, ਤੂੰ ਪੇਕਿਆ ਮਗਰ ਲੱਗ ਕੇ ਸਾਰਾ ਕੁਝ ਕਰਦੀਆਂ। ਤੇ ਕੱਲ ਨੂੰ ਨਿਆਣਾ ਵੱਡਾ ਹੋ ਜੂ, ਉਹ ਵੀ ਵਿਆਹਣਾ, ਫਿਰ ਉਹਨੂੰ ਵਿਆਹੇਗਾ ਕਾ, ਘਰ ਪਾਉਂਦਾ ਸਮਾਂ ਦੀ ਹੁਣ ਘਰ ਪਾ ਲਿਆ। ਆ ਜਦੋਂ ਉਹਨੂੰ ਨਿਆਣੇ ਨੇ ਪੜ ਲਿਆ ਕੇ ਵੱਡਾ ਹੋਣਾ, ਤਦ ਨੂੰ 4 ਪੈਸੇ ਹੋਰ ਆਉਣੇ ਨੇ। ਚੱਲ ਤੇਰੇ ਮੂੜੇ ਜੋੜੇ ਯਾਰ ਹੱਥ, ਤੇਰੇ ਨਾਲ ਕੌਣ ਲੜ ਲੂਗਾ ਹੈ? ਮੈਂ ਤਾਂ ਤੈਨੂੰ ਸਮਝਾਇਆ ਸੀ ਬਈ ਮਾੜਾ ਆ ਆਪਦੇ ਚਾਦਰ ਦੇਖ ਕੇ ਪੈਰ ਪਸਾਰੀ ਦੇ ਉਹਨਾਂ ਨੇ, ਬਾਕੀ ਤੇਰੀ ਮਰਜ਼ੀ, ਤੂੰ ਐਂ ਕਰ ਰੋਟੀਆਂ ਲਾ ਲਾ ਠੀਕ ਆ। ਕੱਲ ਤਾਂ ਐਂ ਕਰਦਾ ਚਾਦਰ ਦੇਖ ਕੇ ਪੈਰ ਪਸਾਰੀ ਦੇ, ਵੀ ਮੇਰੇ ਮਾਪਿਆਂ ਨੇ ਵੀ ਕੁਛ ਦੇਖ ਕੇ ਵਿਆਹ, ਹੁਣ ਐਂ ਥੋੜ੍ਹੀ ਆ ਵੀ ਇੱਥੇ ਕੋਈ ਚਾਹ ਲਾੜੀ ਨਾ ਪੂਰੇ ਕਰੋ ਆਪਦੇ, ਨਾ ਮੈਂ ਸਾਰੀ ਉਮਰ ਬਾਲਿਆਂ ਦੀ ਛੱਤ 'ਤੇ ਬੈਠੀ ਰਹਿੰਦੀ। ਉਹ ਚੱਲ ਕੋਈ ਨਾ, ਪਾਲੀ ਕਰ ਲਈ ਬਸ ਠੀਕ ਆ, ਹੁਣ ਐਵੇਂ ਕਲੇਸ਼ ਨਾ ਕਰ, ਜਾ ਤੂੰ ਐਂ ਕਰ ਰੋਟੀ ਲਾ, ਮੈਂ ਤੜਕੇ ਦਾ ਭੁੱਖਾ ਮਰਦਾ, ਉਦੋਂ ਬਾਅਦ ਖੇਤ ਵੀ ਜਾਣਾਗਾ। ਕਿਹੜਾ ਉਂਗਲਾਂ ਲਾ ਦਿੰਦਾ, ਕਿਹੜਾ ਨਹੀਂ ਉਂਗਲਾਂ ਲਾ ਦਿੰਦਾ, ਕਿ ਘਰੇ ਲੜਨ ਬਹਿ ਜਾਂਦਾ ਦੱਸ। ਓਏ ਕਾਹ ਨੂੰ ਉਂਗਲਾਂ ਕਿਹੜਾ ਲਾਉਂਦਾ, ਹੁਣ ਜਿੰਨੀ ਕੁ ਆਪਦੇ 'ਚ ਗੁੰਜਾਇਸ਼ ਆ ਉਨਾ ਕੀ ਦੇਖ ਕੇ ਸਾਰਾ ਕੁਛ ਕਰਨਾ ਪੈਂਦਾ, ਹੁਣ ਕੱਲ ਨੂੰ ਆੜਤੀ ਦੇ ਫੜਦੇ ਫਿਰਾਂਗੇ, ਅਗਲਾ 1.5 ਦਾ ਵਿਆਹ ਲਾਊਗਾ। ਗੁੰਜਾਇਸ਼ ਥੋੜੀ ਚਾਹੇ ਵਾਲੀ, ਜਿਹੜੇ ਘਰ ਦੇ ਕੰਮ ਕਰਨੇ ਨੇ ਉਹ ਤਾਂ ਕਰਨੇ ਹੀ ਪੈਣਗੇ ਬਸ। ਚੱਲ ਐ ਮੈਂ ਤੈਨੂੰ ਜਵਾਬ ਦਿੰਨਾ, ਅਗਲਾ 1.5 ਦਾ ਵਿਆਹ ਹੀ ਲਾਊਗਾ। ਜਵਾਬ ਦੇਣ ਤੋਂ ਘੱਟ ਜਿਹੜੇ ਚਣ 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 ਮੇਰੇ ਮੂਹਰੇ ਲਾਈ ਆ, ਮੈਂ ਤਾਂ ਤੂੰ ਐਂ ਗੱਲਾਂ ਕਰਦਾ ਜਿਵੇਂ ਮੈਨੂੰ ਕੁਛ ਪਤਾ ਹੀ ਨਹੀਂ ਹੈਗਾ, ਮੈਂ ਤਾਂ ਪਾਗਲੀ ਤੁਰੀ ਫਿਰਦੀ ਆ। ਚੱਲ ਕੋਈ ਨਾ ਤੂੰ ਕੰਮ ਕਰ ਲੈ, ਕਿਉਂ ਮੇਰਾ ਦਿਮਾਗ ਖਾਂਦੀ ਆ, ਮੈਨੂੰ ਤਾਂ ਪਹਿਲੀ ਕਬੀਲਦਾਰੀ ਦੀਆਂ ਟੈਨਸ਼ਨਾਂ ਬਥੇਰੀਆਂ ਨੇ ਹੈ। ਇਹ ਤੀਵੀਆਂ ਨੂੰ ਕਾਹਨੂੰ ਮੱਤ ਆਉਂਦੀ ਆ ਵੀ ਆਪਦੀ ਚਾਦਰ ਦੇਖ ਕੇ ਪੈਰ ਪਸਾਰ ਲਓ ਹੈਂ।
ਇੱਕਿਆਂ ਮਗਰ ਲੱਗੀ ਫਿਰਦੇ ਕਿਹੜਾ ਸਮਝਾਵੇ ਇਹਨੂੰ ਹੁਣ ਕੀ ਕੋੜ ਕੋੜ ਕਰੀ ਜਾਂਦਾ ਕੁਛ ਨਹੀਂ ਕੰਮ ਕਰ ਲਾ ਰੋਟੀ ਬਣਾ ਲਾ ਧਿਆਨ ਨਾ ਪਾਲਾ ਪੁੱਤ ਕਿਤਾਬਾਂ ਸਾਰੀਆਂ ਹੋਰ ਬੇ ਤੂੰ ਪਾਲੀਏ ਛੋਟਿਆ ਚੱਲ ਚੰਗਾ ਸਾਡੇ ਸਕੂਲ ਵਾਲੇ ਫੀਸ ਦੀ ਪਰਚੀ ਆਈ ਹੈ ਅੱਛਾ ਛੇਤੀ ਤੋਂ ਛੇਤੀ ਭਰ ਦੋ ਫੀਸ ਉਹ ਛੇਤੀ ਤੋਂ ਛੇਤੀ ਤਾਂ ਭਰ ਦਾਂਗੇ ਤੁਹਾਡੇ ਦੋਨਾਂ ਦੀ ਫੀਸ ਹੈ ਹਾਂ ਦੋਨਾਂ ਦੀ ਹੈ ਲੈ ਜਾਏ ਖਾਣ ਦੇ ਦੇਖ ਲਾ ਕਿੱਡਾ ਬਿੱਲ ਬਣਾ ਕੇ ਦੇਤਾ ਸਕੂਲ ਵਾਲੇ ਨੇ ਕਿਹਾ ਜੇ ਫੀਸ ਨਾ ਭਰੀ ਛੁੱਟੀਆਂ ਦਾ ਕੰਮ ਨਹੀਂ ਦਿੰਦੇ ਹੈਗੇ ਅੱਛਾ ਚੱਲ ਕੋਈ ਨਹੀਂ ਪਨਿਸ਼ਮੈਂਟ ਦਿੰਦੇ ਨੇ ਸਾਨੂੰ ਕਿਉਂ ਕੀ ਕਹਿੰਦੇ ਨੇ ਕਹਿੰਦੇ ਫੀਸ ਛੇਤੀ ਤੋਂ ਛੇਤੀ ਭਰੋ ਹੱਥ ਖੜੇ ਕਰਾ ਦਿੰਦੇ ਨੇ ਸਾਡੇ ਓਹੋ ਚੱਲ ਕੋਈ ਨਹੀਂ ਮੈਂ ਕਹਿੰਦੀ ਆ ਤੇਰੇ ਪਿਓ ਨੂੰ ਆ ਬੋਲਦਾ ਨਹੀਂ ਮੜ ਜੀ ਗੱਲ ਸੁਣੀ ਆ ਕੇ ਆਉਣਾ ਆ ਜਾ ਲੈ ਪੁੱਤ ਧਿਆਨ ਨਾਲ ਵਗ ਜੋ ਚੰਗਾ ਠੀਕ ਹੈ ਲੜਨਾ ਲੁੜਨਾ ਨਹੀਂ ਹੈਗਾ ਉੱਥੇ ਹਾਂ ਕੀ ਹੋ ਗਿਆ ਹੋਣਾ ਕੀ ਆ ਆ ਭੇਜੀ ਆ ਪਰਚੀ ਜੀ ਸਕੂਲ ਵਾਲਿਆਂ ਨੇ ਕਹਿੰਦੇ ਫੀਸ ਭਰ ਦੋ ਅੱਛਾ ਉਹ ਕੋਈ ਨਾ ਟੈਨਸ਼ਨ ਨਾ ਲਓ ਬੱਚਿਓ ਫੀਸ ਭਰਾਂਗੇ ਤੁਹਾਡੀ ਇਹਨਾਂ ਨੇ ਤਾਂ ਭੇਜਤਾ 30,000 ਰੁਪਏ ਦੀ ਪਰਚੀ ਹੋਰ ਐਤਕੀ ਹੱਥ ਟਾਂਗਾ ਤੁਹਾਡਾ 10,000 ਰੁਪਏ ਭਰਾਂਗੇ ਚੰਗਾ ਬਾਕੀ ਉਹਨਾਂ ਨੂੰ ਕਹਿ ਦਿਓ ਵੀ ਜੀਰੀ ਤੋਂ ਬਾਅਦ ਭਰਾਏ ਬਾਕੀ ਕੋਈ ਨਾ ਮੈਂ ਆਪੀ ਜਾਊਂਗਾ ਸਕੂਲ ਚ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰਿਆ ਮੇਰੀ ਗੱਲ ਸੁਣ ਇਹਨਾਂ ਜਵਾਕਾਂ ਤੋਂ ਕਾਤੋਂ ਇੰਨਾ ਕੁਝ ਕਹੋਣਾ ਆਪ ਜਾਏ ਨਾਲੇ ਫੀਸ ਭਰੇ ਨਾਲੇ ਉਹਨਾਂ ਨੂੰ ਦੱਸਿਆ ਵੀ ਬਾਈ ਬਾਕੀ ਬਾਅਦ ਚ ਭਰ ਦਾਂਗੇ ਲੈ ਕੋਈ ਨਾ ਪਰਚੀ ਸਾਂਭ ਕੇ ਰੱਖ ਮੈਂ ਕੀ ਕਰਾਉਣੀ ਆ ਭਰਨੀ ਤਾਂ ਐ ਰੱਖ ਲੈ ਕੋਲੇ ਪਰਸੋਂ ਨੂੰ ਮੈਂ ਜਾਊਂਗਾ ਬਾ ਟੈਨਸ਼ਨ ਨਾ ਲਓ ਚੰਗਾ ਉਹਨੂੰ ਕਹੇ ਇੱਕ ਅੱਧੇ ਦਿਨ ਚ ਭਰ ਦੇਣਗੇ ਤੇ ਧਿਆਨ ਨਾਲ ਜਾਇਓ ਚਲ ਭਰੇ ਆਈ ਫੀਸ ਜਵਾਬ ਕਹਿੰਦੇ ਸਾਡੀ ਬੇਇੱਜ਼ਤੀ ਹੁੰਦੀ ਆ ਕਹਿੰਦੇ ਮੈਡਮ ਕੋਈ ਨਾ ਭਰੇ ਆਉਂਗਾ ਕਾਹਨੂੰ ਦਿਮਾਗ ਖਾਨੇ ਇੰਨਾ ਤਾਂ ਉਹ ਡਰਾਉਂਦੇ ਹੁੰਦੇ ਨੇ ਜਵਾਕਾਂ ਨੂੰ ਮਾਸਟਰ ਬੇ ਚਲ ਕੋਈ ਨਹੀਂ ਡਰਾਉਂਦੇ ਚਾਹੇ ਭਰਨੀ ਤਾਂ ਪੈਣੀ ਹੋ ਵਾਲੇ ਹਾਂ ਚਲ ਜਾ ਬਣਾ ਲਾ ਰੋਟੀ ਰਾਟੀ ਮੈਂ ਰੋਟੀ ਤਾਂ ਕਰਦੀ ਆ ਤੇ ਨਾਲੇ ਨਾ ਰੋਟੀ ਮੈਂ ਤੈਨੂੰ ਫੜਾ ਕੇ ਭੱਜ ਕੇ ਮੜਾ ਜਾ ਕਾਈਲੋ ਬੇਬੇ ਦਾ ਪਤਾ ਲਿਆਵਾਂ ਕਿਉਂ ਨੂੰ ਕੀ ਹੋ ਗਿਆ ਬੇ ਬਾੜੀਓ ਬਿਮਾਰ ਐ ਪੀਜੀਆਈ ਹਸਪਤਾਲ ਚ ਦਾਖਲ ਸੀਗੀ ਜਵਾਬ ਦੇਤਾ ਉਹਨੂੰ ਘਰੇ ਲਿਆਏ ਉਹ ਕੋਈ ਨਾ ਫੇਰ ਜਾਈ ਕੋਈ ਘਰ ਦੇ ਕੰਮ ਕਰ ਲਾ ਹੈ ਉੱਥੇ ਕਿੰਨੇ ਕੱਪੜੇ ਧੋਣਾ ਪੈਣੇ ਉਹ ਤਾਂ ਘਰ ਦੇ ਕੰਮ ਤਾਂ ਨਿਮੇੜ ਲੈ ਕੱਲ ਲੀੜੇ ਧੋਰੇ ਐਵੇਂ ਬਹਾਨੇ ਮਾਰੀ ਜਾਣਾਗਾ ਪਤਾ ਕੀ ਐ ਸਿਆਣੇ ਕਹਿੰਦੇ ਨੇ ਜਿਉਂਦੇ ਜਾਗਦੇ ਬੰਦੇ ਦਾ ਪਤਾ ਲਿਆਵੇ ਮੈਂ ਮਰੇ ਤੋਂ ਤਾਂ ਸਾਰੀ ਵਗ ਜਾਂਦੇ ਨੇ ਰੋਣ ਨੂੰ ਓਏ ਚੱਲ ਜਾਇਆ ਦਿਮਾਗ ਨਾ ਖਾ ਜਾਇਆ ਤੂੰ ਆ ਰੋਟੀ ਫੜਾ ਕੇ ਜਾਊਂ ਮੈਂ ਤੈਨੂੰ ਮੇਰੇ ਚਾਰ ਲਾ ਦੇ ਵਗ ਜੀ ਜਿੱਥੇ ਜਾਣਾਗਾ ਕਰਨ ਤਾਂ ਚੁਗਲੀਆਂ ਜਾਣਾਗਾ ਬਹਾਨਾ ਬੇਬੇ ਦੇ ਪਤਾ ਲੈਣ ਦਾ ਸਾਰੀ ਦਿਹਾੜੀ ਚਾਹ ਚੋਂ ਤੜਕੇ ਤੋਂ ਲੰਘਦਾ ਚਾਹ ਬਣਾ ਦੇ ਚਾਹ ਬਣਾ ਦੇ ਚਾਹ ਬਣਾ ਦੇ ਕਿਹੜੇ ਨਾਲ ਜਾ ਕੰਮ ਘੱਟ ਕਰਦਾ ਚਾਹ ਵੱਧ ਪੀਂਦਾ ਆ ਬੋਲਦਾ ਨਹੀਂ ਓਏ ਹਾਂ ਦੱਸ ਕੀ ਫਾਹਾ ਪੈਂਦਾ ਤਾਂ ਦੱਸ ਤੇ ਫਾਹਾ ਮੈਨੂੰ ਨਹੀਂ ਪੈਂਦਾ ਤੈਨੂੰ ਪੈਂਦਾ ਸਾਰਾ ਦਿਨ ਚਾਹ ਆ ਚਾਹ ਬਣ ਗਈ ਪੀ ਲਾ ਕੇ ਆ ਗਿਆ ਕੀ ਸਾਰਾ ਦਿਨ ਖਾਉ ਵੱਡੂ ਪਈ ਜਾਂਦੀਆਂ ਹੈ ਵੇ ਖਾਉ ਵੱਡੂ ਕਾਨੂੰ ਮੇਰੇ ਤੋਂ ਤਾਂ ਤੇਰੀ ਚਾਹ ਹੀ ਨਹੀਂ ਧਰਮ ਨਾਲ ਸੂਤ ਆਉਂਦੀ ਸੱਚੀ ਹੋਰ ਆ ਫੜ ਇੱਕ ਤਾਂ ਪਾਥੀਆਂ ਦੀ ਅੱਗ ਆ ਜਾਏ ਖਾਣ ਦੀ ਸਿਲੰਡਰ ਮੁੱਕਿਆ ਪਿਆ ਤੈਨੂੰ ਦੋ ਦਿਨ ਹੋ ਗਏ ਕਹੀ ਆਂਦੇ ਨੂੰ ਪਰਵਾਰਾ ਪਰਵਾਰਾ ਇਹਨੂੰ ਉਹ ਤੇਰੇ ਤਾਂ ਨਖਰੀ ਨਹੀਂ ਰੋਟ ਆਉਂਦੇ ਰਾਤ ਦੀ ਰਾਤ ਸਾਰੀ ਰਾਤ ਸੁੱਤੀ ਨਹੀਂ ਇੱਧਰ ਇੱਧਰ ਪਾਸੇ ਮਾਰੀ ਗਈ ਪਾਸੇ ਹੀ ਮਾਰਨੇ ਆ ਪਰ ਤੂੰ ਤਾਂ ਇੰਨੀ ਲੈਣਾ ਖਾ ਹੈ ਤੇ ਆਹ ਦੇਸੀ ਦੇ ਲੈ ਲੈਣਾ ਪੈਗ ਜੇ ਪੀ ਲੈਣਾਗਾ ਤੇ ਤੈਨੂੰ ਤਾਂ ਨਹੀਂ ਲੱਗਦਾ ਦੇਖ ਪਤਾ ਮੇਰੇ ਤਾਂ ਸਾਰੀ ਰਾਤ ਮੱਛਰ ਗਿੱਟੇ ਖਾ ਗਿਆ ਧਰਮ ਨਾਲ ਭੋਰਾ ਨੀਂਦ ਨਹੀਂ ਆਈ ਫਿਰ ਵੀ ਦੁਖੀ ਆਂਦਾ ਮੇਰਾ ਤਾਂ ਉਹ ਚੱਲ ਭੋਰਾ ਘੁੱਟ ਤੂੰ ਪੀ ਲਿਆ ਕਰ ਫਿਰ ਇੰਨੀ ਹੀ ਲੱਗਦਾ ਤੈਨੂੰ ਆਹੋ ਬਸ ਆਹੀ ਕਸਰ ਰਹਿ ਗਈ ਸੀਗੀ ਗੱਲ ਸੁਣ ਲਾ ਮੇਰੀ ਧਿਆਨ ਨਾਲ ਹਾਂ ਸਾਰੇ ਆਣ ਗਵਾੜਨੇ ਇਨਵਰਟਰ ਲਵਾ ਲੇ ਭਾਈ ਮੈਨੂੰ ਵੀ ਇਨਵਰਟਰ ਲਵਾ ਕੇ ਦੇ ਮੈਂ ਨਹੀਂ ਰੋਜ਼ ਰੋਜ਼ ਆਪਦੀ ਨੀਂਦ ਖਰਾਬ ਕਰ ਸਕਦੀ ਫਿਰ ਤੇਰੇ ਤਾਂ ਚਾਹੇ ਸੱਪ ਵੜ ਜੇ ਤੈਨੂੰ ਤਾਂ ਨਹੀਂ ਪਤਾ ਲੱਗਦਾ ਉਹ ਇਨਵਰਟਰ ਨੂੰ ਕੀ ਹੈ 24 ਘੰਟੇ ਦਾ ਬਿਜਲੀ ਉਹ ਤਾਂ ਹਨੇਰੀ ਕਰਕੇ ਕੱਟ ਲੱਗ ਗਿਆ ਭੋਰਾ ਹੁਣ ਰੋਜ਼ ਤਾਂ ਮੀਂਹ ਪੈਂਦੇ ਨੇ ਹਨੇਰੀ ਕਿਹੜਾ ਕੋਈ ਆਏ ਆ ਵੀ ਸਾਲ ਸਮਾਹੀ ਆਉਂਦੀ ਆ ਆ ਰੋਜ਼ ਹੀ ਆਥਣੇ ਜੇ ਵਗ ਜਾਂਦੀ ਆ ਉਹ ਬਸ ਆਹੀ 3-4 ਮਹੀਨੇ ਨੇ ਇਦੋਂ ਬਾਅਦ ਭਾਦੋ ਅੱਸੂ ਤੱਕ ਕਿਹੜੀਆਂ ਹਨੇਰੀਆਂ ਆਉਣੀਆਂ ਨੇ ਗੱਲ ਨੂੰ ਟਾਲਾ ਲਾਉਣ ਦੀ ਦੇਖ ਕੋਈ ਲੋੜ ਨਹੀਂ ਆਉਣਾ ਤਾਂ ਤੈਨੂੰ ਉਸੇ ਦੀ ਤੇ ਪੈਣਾਗਾ ਆ ਐਡੀ ਕੋਠੀ ਪਾਈ ਦਾ ਕੀ ਫਾਇਦਾ ਵੇ ਕੀ ਫਾਇਦਾ ਇਹਦਾ ਐਡੇ ਛੱਤੇ ਦਾ ਉਹ ਯਾਰ ਕੱਲ ਤਾਂ ਵਾਸਤੇ ਇਨਵਰਟਰ ਵੀ ਹੈ ਨਹੀਂ ਪੂਰਾ 20,000 ਕੱਲ ਜਵਾਕਾਂ ਦਾ ਭਰ ਕੇ ਆਇਆ ਹੈ ਹੁਣ ਤੂੰ ਇਨਵਰਟਰ ਨੂੰ ਕਹਿਣੀ ਆ 15-20,000 ਉਹਦੇ ਲਾ ਲੈ ਇੰਨੇ ਪੈਸੇ ਦੱਸ ਕੀ ਝਾੜਾਂ ਨੂੰ ਲੱਗਦੇ ਨੇ ਤੂੰ ਤਾਂ ਹੀ ਕਹਿੰਦੇ ਮੈਂ ਅੱਕਾਂ ਨੂੰ ਲੱਗਦੇ ਨੇ ਵੀ ਮੈਂ ਤੋੜ ਲਿਆ ਮੈਂ ਤੈਨੂੰ ਇਨਵਰਟਰ ਲਵਾ ਦਾਂ ਚਿੱਠੀ ਪਾ ਕੇ ਬੁਲਾਇਆ ਸੀ ਵੀ ਆ ਜਾ ਵਿਆਹ ਕਰਾ ਲਾ ਵੀ ਜੇ ਵਿਆਹ ਕਰਾਇਆ ਹੁਣ ਜੰਮੇ ਨੇ ਖਰਚਾ ਵੀ ਤਾਂ ਕਰਨਾ ਹੀ ਪੈਣਾ ਖਰਚਾ ਕੌਣ ਕਰੂਗਾ ਉਹਨਾਂ ਦਾ ਉਹ ਕਰਦਈਆਂ ਫਿਰ ਫੀਸ ਭਰ ਕੇ ਆ ਮੈਂ ਤੇਰੇ ਪੇਕਿਆਂ ਤੋਂ ਲੈਤੀ ਹੈ ਫੀਸ ਉਹਨਾਂ ਦੀ ਲੈ ਪੇਕਿਆਂ ਦੇ ਨਹੀਂ ਜਾਣ ਦੀ ਲੋੜ ਮੈਂ ਤੈਨੂੰ ਦੱਸਦਾ ਠੀਕ ਆ
मेरी गल मेरे ना कर ऐवे गाह मेरे पेक्या ना जा वे मेरे पेक्या ने तेरा घर भरता बथेरा अजे जो तेरी बालिया की छत सी ना तेन तेरा रिश्ता भी ना होंदा बल्ला करता आपदे पल्ल्यों लाए ने कमाई चो लैन के कोठी ते उन्हां ने लवाए ने धक्के नाल लवाए ने मैं तू तां एड्डा कंजूस आ पंजी कढ के राजी नहीं ओ फिर लवाए ने मैं फिर जिन्नी के गजायस आ यार लाई जन्ना तू तां उन्हां दे मगर लग लैनी आ मैनूं नहीं पता देख जां उन्हां तों ही लिया इनवर्टर हुण ऐवें किवें उन्हां तों लिया क्यों की गल ठेका लिया उन्हां ने सारी उम्र भी मेरा घर भरदे रहणगे सुख नाल 10 किले जमीन दे ने तेरे कोले फिर तैनूं लवा नहीं सकदा क्यों गलां लाउंदे ने तैनूं जिन्नी गजायस आला कर लूगा ऐवें किवें उंगलां लाउंदे ने इहदा किहड़े मापे हुंदे ने जिहड़े धी नूं उंगलां ला देणगे कल मैं इधर गई इन्होंने घरे भोले के हैं देख ला दोने बहुत उन्होंने लाइट गई हुई अज ठाठ ना पखा लाई बैठी हाँ जैकर का इन्ना सुकून आया मैनू तो उन्होंने घरे बैठ के चल तू दिमाग ना खा मैं पुछना कि तू धार सुधार जी कोई लाऊगा कादी तेरी दाल ला मूंगी दाल लगी होर मैं इतने दस कि मुर्गे की टंग रिन्न लगी हैं चल कोई ना मैं माड़ा जाके आना खेत गेड़ा मारे मैं चंगा मारे गेड़ा खेत है ना कदे तो देखी तू सानू होटल हाटल च ले जा कर रोटी रुटी खवा लिया कर जज दी रोज ही कदे हां मां धर ले कदे मूंगी धर ली कदे मसरी धर ली ओ कुछ नहीं रखिया होटल हाटल च आपदा घर ही कम आना हुंदा गा हैं अपने पिंड मिस्त्री उधार ला आएंगे तेरे पेक्या नूं पुछ ली उन्हां कहदे मिस्त्री भेज दो दिमाग ना खा बब्बू भैने बब्बू ਉਹ ਬਾਪੂ ਦਾ ਕਾਲੀ ਕਰਦਾ ਸੀ ਆਉਣ ਦੀ ਉਹ ਅਸੀਂ ਦਵਾਈ ਲੈਣੇ ਤੇ ਆਉਂਦੇ ਸੀਗੇ ਮੈਂ ਚਲ ਆਪਾਂ ਕੁੜੀ ਨੂੰ ਮਿਲੇ ਆਉਣੇ ਆ ਔਰ ਮੈਂ ਆਖਾਂ ਚਲ ਆਪਾਂ ਬੱਬੂ ਦਾ ਵੀ ਹਾਲ ਚਾਲ ਪੁੱਛੇ ਜੇ ਜਾਂਦੇ ਜਾਂਦੇ ਆ ਤਾਂ ਚੰਗਾ ਕੀਤਾ ਭਾਬੀ ਹੋਰ ਜਦੋਂ ਮੈਨੂੰ ਬਾਈ ਨੇ ਫੋਨ ਕਰਕੇ ਦੱਸਿਆ ਵੀ ਅਸੀਂ ਆਵਾਂਗੇ ਮਾਂ ਦਾ ਦਮੇ ਦਮੇ ਕੰਮ ਨਿਬੇੜਤਾ ਤੇ ਵਧੀਆ ਰਹਿ ਗਈ ਲੈ ਹੋਰ ਕਿਉਂ ਹੁੰਦਾ ਭੈਣ ਭਾਈਆਂ ਦਾ ਪੇਕਿਆਂ ਦਾ ਧੀਆਂ ਚਾਹ ਨਹੀਂ ਹੁੰਦਾ ਕਿਤੇ ਹੋਰ ਗੋਡੇ ਗੋਡੇ ਚਾਹ ਹੋ ਜਾਂਦਾ ਵੀ ਅੱਜ ਆਉਣਗੇ ਸਾਡੇ ਘਰ ਤੁਹਾਡੇ ਕੋਲ ਵੱਖਾ ਵੱਖਾ ਕੋਈ ਚੱਲਦੇ ਨਹੀਂ ਕੋਈ ਇਨਵਰਟਰ ਵਗੈਰਾ ਹੈ ਨਹੀਂਗਾ ਤੁਹਾਡੇ ਉਹ ਭਾਬੀ ਆ ਜਾਂਦੀ ਹੈ ਲਾਈਟ ਲਾਈਟ ਹੈ ਨਹੀਂਗੀ ਮੈਂ ਪਾਣੀ ਲੈ ਕੇ ਆਉਂਦੀ ਆ ਘਰ ਜਾ ਲੈ ਆ फिर इनवर्टर नहीं लवा सकते है तेनू पता ही है भाभी हूं पहला तो कोठी का इना पैसा लग गया उत्तो जवाकों दी फीसा फूसा तेन पता ही है भाई मां चल कोई नहीं ठहर के लवा लांगे कोई हिला नहीं है बब्बू थोड़े तो भेने एसी च रहने गए असि तो भेने सू मैं तो बहुत गर्मी आँदी है सच्ची गल कही जांदी है।
छोटी भैन ओने इन्ना कुछ धर की गुलाब जामना की बर्फी की समोसे इन्ना कुछ धर साडे तो खादा नहीं गया है तू एक फोकी चा लिया के धरती मिठे तू की करेगी ਬਾਈ ਮੇਰੀ ਗੱਲ ਉਹ ਤਾਂ ਹਜੇ ਕੋਈ ਨਿੱਕਾ ਨਿਆਣਾ ਹੈ ਨਹੀਂ ਗਾ ਘਰ ਦੇ ਵਿੱਚ ਸਿਆਣੇ ਸਿਆਣੇ ਨੇ ਮਾੜੀ ਦੀ ਚੀਜ਼ ਖਾਂਦੇ ਨੇ ਰੱਖ ਦਿੰਦੇ ਇੱਥੇ ਨਿਆਣੇ ਛੱਡਦੇ ਕਿਤੇ ਨਹੀਂ ਛੱਡਦੇ ਭਣੇ ਲੈ ਹੋਰ ਔਖਾ ਹੋ ਜਾ ਤੂੰ ਹੋਰ ਦੱਸ ਕੀ ਕਹਿੰਦਾ ਡਾਕਟਰ ਹੁਣ ਡਾਕਟਰ ਕਹਿੰਦਾ ਰਿਪੋਰਟਾਂ ਕੀਤੀਆਂ ਨੇ ਕਹਿੰਦਾ ਕੱਲ੍ਹ ਨੂੰ ਆਉਣਗੀਆਂ ਤੁਹਾਡੀਆਂ ਰਿਪੋਰਟਾਂ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਆ ਜਾਇਆ ਖਾਣ ਦਾ ਪੱਥਰੀਆਂ ਪੁੱਥਰੀਆਂ ਦਾ ਗੜਾ ਪਤਾ ਲੱਗਦਾ ਉਹ ਇਹਦਾ ਪੱਥਰ ਹੋਏ ਪੈਣੇ ਪੈਣੇ 35 ਵਾਰੀ ਕਢਾਤੀਆਂ ਮੈਂ ਭਾਈ ਪੱਥਰੀਆਂ ਦੇ ਹਜੇ ਭਾਬੀ ਮਿੱਠਾ ਹੋਰ ਬਲ ਬਰੇਜ ਨਹੀਂ ਕਰਦੀ ਚੱਲ ਕੋਈ ਨਹੀਂ ਕੋਈ ਨਹੀਂ ਜਿੱਦਣ ਪੱਥਰਾਂ ਦੀ ਇੱਟਾਂ ਬਣ ਗਏ ਉੱਧਰ ਕਢਾਵਾਂਗੇ ਹਲੇ ਨਹੀਂ ਕਢਾਉਂਦੇ ਚੱਲ ਕੋਈ ਭਾਬੀ ਕੋਈ ਗੱਲ ਆ ਬਸ ਮੈਂ ਨਾ ਕਰੀ ਆ ਗੱਲ ਇਨਵਰਟਰ ਚਲਵਾ ਹੀ ਲੈਣਾ ਸੀ ਹੁਣ ਲਾ ਵੀ ਵਿੱਚ ਧਰ ਦੋ ਹਾਂ ਕੋਈ ਨਹੀਂ ਰੱਖ ਦੇ ਇੱਥੇ ਫੇਰ ਲੈ ਜੂਗੀ ਤਾਂ ਜਾਇ ਖਾਣ ਦੇ ਮੌਕ ਦੇਈ ਹੋਰ ਦੱਸ ਪੈਣ ਦੀ ਖੇਤੀਬਾੜੀ ਦੱਸਦਾ ਖੇਤੀਬਾੜੀ ਵਧੀਆ ਬਾਈ ਹੋਰ ਬਸ ਆ ਤੈਨੂੰ ਪਤਾ ਹੀ ਆ ਕੰਮ ਧੰਦੇ ਜਾਇ ਖਾਣ ਦੇ ਹੁਣ ਫੇਰ ਉਹ ਕਹਿਣਾ ਮੈਂ ਕੋਈ ਬੰਦਾ ਬੰਦਾ ਪੁੱਛਣ ਜਾਣਾ ਲਾਉਣਾ ਹੁਣ ਫਸਲ ਫੇਰ ਪ੍ਰਾਣਾ ਕਿੱਥੇ ਵਾ ਕੇ ਪ੍ਰਾਣਾ ਦਿਸਦੇ ਹੀ ਨਹੀਂ ਉਹੀ ਗੱਲ ਕਰੀ ਜਾਂਦੀ ਹੈ ਉਹ ਹੁਣ ਕਹਿੰਦਾ ਜੇ ਤਾਂ ਭਈਏ ਮਿਲ ਗਏ ਭਈਏ ਨਹੀਂ ਭਾਈ ਕੋ ਚਾਰ ਬੰਦੇ ਨਾਲ ਪੁੱਛ ਕੇ ਤੇ ਆਹ ਲਵਾ ਲਾਂਗੇ ਹੁਣ ਜੀਰੀ ਜੂਰੀ ਜੀ ਫੇਰ ਤਾਂ ਹਾਂ ਆਪਣਾ ਫਰਜ਼ੀ ਹੋਵੇ ਇੱਟਾਂ ਦਾ ਤਾਂ ਇਹ ਮੁੱਕ ਦੀ ਨਹੀਂ ਸਕਦੀ ਜੀਰੀ ਲਵਾ ਕੇ ਤੂੰ ਵਧੀਆ ਜਿਹਾ ਇਨਵਰਟਰ ਲਵਾ ਲਿਆ ਗਰਮੀ ਚ ਮਰਦੀਆਂ ਕੀ ਜਿਹੜੀ ਤੂੰ ਕਿੱਥੇ ਤੂੰ ਐਡੀ ਮੋਟੀ ਰਾਡੀ ਭੇਜੀ ਸੀ ਆ ਸੁੱਕ ਕੇ ਤੂੰ ਤੈਂਬੜ ਬਣੀ ਪਈਏਗੀ ਕੀ ਕਰਦੀਏਗੀ ਤੂੰ ਕੁਛ ਖਾਣ ਨੂੰ ਮਿਲਦਾ ਵੀ ਤੈਨੂੰ ਕੋਈ ਕੁਛ ਮਿਲਦਾ ਨੀ ਬਥੇਰਾ ਕੁਛ ਖਾਣ ਨੂੰ ਬਥੇਰਾ ਕੁਛ ਹੈ ਆ ਜਾਇ ਖਾਂਦੇ ਪਤਾ ਕੀ ਹੈ ਬਾਈ ਕਦੇ ਲੀੜੇ ਧੋਲੇ ਕਦੇ ਭਾਂਡੇ ਮਾਂਜ ਲੈ ਕਦੇ ਰੋਟੀ ਪਕਾਰੀ ਹੁਣ ਸੁੱਕਣਾ ਐਡੀ ਕੋਠੀ ਪਾ ਲਈ ਪੋਚਾ ਹੀ ਨਹੀਂ ਭਲਾ ਦੂਤ ਆਉਂਦੇ ਆ ਥੋੜਾ ਉਹਨਾਂ ਨੇ ਕੁਝ ਕਰਤਾ ਪਏ ਨੇ ਨਾ ਹੋਰ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਠੀ ਪੈਣ ਕੋਲ ਘਰ ਤੋਂ ਸੋਣਾ ਪਾ ਲਿਆ ਹਨਾ ਹੋਰ ਪਰ ਅੰਦਰ ਪੱਥਰ ਅੱਡ ਦਾ ਹੱਡ ਦਾ ਇਹ ਕੀ ਹੈਗਾ ਇਹ ਜਲੂਸ ਕੱਢੇਗਾ ਟੋਟੇ ਨਾਲ ਕੀ ਫਰਕ ਪੈਂਦਾ ਸੀ ਉੱਥੇ ਉਰੇ ਵੀ ਉਹਦੇ ਨਾਲ ਦਾ ਲਾ ਲੈਂਦੇ ਤੁਸੀਂ ਸੋਹਣਾ ਲੱਗਦਾ ਨਿਆਣੇ ਗਿੱਲੇ ਪੈਰ ਲੈ ਕੇ ਕੁਛ ਨੀ ਡਿੱਗਦਾ ਹੈਗਾ ਬੱਬੂ ਮੈਂ ਤਾਂ ਇਹਦੇ ਘਰ ਬਾਰੇ ਪੁੱਛ ਰਹੀ ਹਾਂ ਕਿ ਮੈਂ ਕਿਹੜਾ ਨਗੋਚਾ ਕੱਢਦੀ ਹਾਂ ਹੋਰ ਕੀ ਆ ਪੱਥਰ ਅੱਡਦਾ ਉਹ ਅੱਡਦਾ ਮੈਂ ਕੀ ਲੈਣਾ ਆਪਣੇ ਇੱਕ ਨਾਲ ਵਰ ਗਿਆ ਹੋਇਆ ਚੱਲ ਕੋਈ ਨਹੀਂ ਬਾਈ ਤੂੰ ਦੱਸ ਤੇਰੀ ਖੇਤੀਬਾੜੀ ਠੀਕ ਠਾਕ ਹੈ ਭੈਣੇ ਵਧੀਆ ਪੰਜ ਚਾਰ ਕਿੱਲੇ ਨੇ ਦੋ ਲੈ ਲੈਣ ਠੇਕੇ ਤੇ ਕਾਰ ਟਾਈਮ ਪਾਸ ਕਰੀ ਜਾਂਦੇ ਆਹੋ ਚੱਲ ਕੋਈ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਹੋਰ ਮੈਂ ਨਿੱਕੇ ਨਿਆਣੇ ਦੀ ਪੜ੍ਹਾਈ ਦਾ ਕਿਵੇਂ ਆ ਪੜ੍ਹਾਈ ਦਾ ਤਾਂ ਹੁਣ ਪਤੀ ਹੈ ਵੀ ਸਾਰੇ ਆਤਮ ਚਾਰ ਕੀ ਹੈ ਪੁੱਛਣਾ ਕੰਨਾਂ ਨੂੰ ਹੱਥ ਲਵਾ ਰੱਖੇ ਨੇ ਭਰਾ ਨਾ ਪੜ੍ਹਾਉਣ ਜੋਗੇ ਨਾ ਉਹਨੂੰ ਹਟਾਉਣ ਜੋਗੇ ਤੇ ਬਾਪੂ ਦੀ ਦਵਾਈ ਦਾ ਕਿਵੇਂ ਹੁਣ ਕਹੇ ਗੋਡਾ ਜੀ ਦੁਖਦਾ ਉਹ ਆਊਗਾ ਉਹਨੇ ਵੀ ਆਉਣਾ ਸੀਗਾ ਦਵਾਈ ਲੈਣ ਹਾਂ ਉਹ ਇਹਨੂੰ ਪਤਾ ਹੁਣ ਮਗਰਲੀ ਵਸਤੀ ਆ ਜੀ ਉਹ ਵੀ ਕਹਿੰਦਾ ਸੀਗਾ ਕਹਿੰਦਾ ਭਾਈ ਮੈਂ ਵੀ ਦਵਾਈ ਲਿਆਉਣੀ ਆਹੋ ਮੈਂ ਤਾਂ ਪਹਿਲਾਂ ਹੀ ਜਦੋਂ ਬਾਪੂ ਮੁੰਡਾ ਦੇਖਦਾ ਸੀ ਮੇਰੇ ਵਾਸਤੇ ਮੈਂ ਤਾਂ ਬਾਪੂ ਨੂੰ ਇੱਕੋ ਗੱਲ ਕਹਿੰਦੀ ਰਹੀ ਬਾਪੂ ਮੈਨੂੰ ਕੁਛ ਨਹੀਂ ਚਾਹੀਦਾ ਬਸ ਨੇੜੇ ਵਿਆਹ ਦਿਓ ਨੇੜੇ ਕਿਵੇਂ ਬਾਪੂ ਪਹਿਲਾਂ ਆ ਜਾਂਦੇ ਤਾਂ ਹੀ ਤਾਂ ਗਰੋਈ ਗੇੜਾ ਮਾਰ ਜਾ ਹੁਣ ਵੀ ਪਤਾ ਨਹੀਂ ਤਿਆਰੀ ਜੀ ਕਰਦਾ ਫਿਰਦਾ ਸੀ ਕਹਿੰਦਾ ਸੀ ਮੈਂ ਜਾਣਾ ਬੱਬੂ ਕੋਲੇ ਅੱਛਾ ਅਸੀਂ ਫਿਰ ਦਵਾਈ ਲੈਣਾ ਮੈਂ ਚੱਲ ਆਪਾਂ ਬੱਬੂ ਨੂੰ ਵੀ ਮਿਲ ਜੀਏ ਜਾਂਦੇ ਲੈ ਭਾਬੀ ਮੈਂ ਬਣਾਉਂਦੀ ਹਾਂ ਰੋਟੀ ਚੁੱਕ ਹੁਣ ਤੁਹਾਡੇ ਵਾਸਤੇ ਰੋਟੀ ਖਾ ਕੇ ਜਾਓ ਬਸ ਭੈਣੇ ਰੋਟੀ ਨਹੀਂ ਖਾਣੀ ਹੈਗੀ ਹੁਣ ਤਾਂ ਅਸੀਂ ਜਾਣਿਆ ਗਏ ਅਸੀਂ ਡਾਕਟਰ ਉੱਥੇ ਡਾਕਟਰ ਨੂੰ ਰਿਪੋਰਟਾਂ ਦੇ ਕੇ ਆਏ ਦੇਖਦੇ ਹਾਂ ਕੀ ਕਹਿੰਦਾ ਹੈਗਾ ਅੱਛਾ ਹੁਣ ਤਾਂ ਅਸੀਂ ਜਾਣਿਆ ਫੇਰ ਆਵਾਂਗੇ ਬਿੱਲ ਟੰਗ ਚੱਲ ਬਾਈ ਕੰਨ ਤਾਂ ਵੱਧ ਕੇ ਗੇੜਾ ਮਾਰ ਲਿਆ ਇਹਨਾਂ ਮੇਰਾ ਚਿੱਤ ਜਿਹਾ ਖੁਸ਼ ਹੋਇਆ ਠੀਕ ਹੈ ਬਾਈ ਚੰਗਾ ਆ ਜੇ ਤੁਸੀਂ ਮਾਰ ਲਿਓ ਗੇੜਾ ਕੋਈ ਨਹੀਂ ਜ਼ਰੂਰ ਆਵਾਂਗੇ ਚਲ ਤੂੰ ਲੈ ਆਈ ਸੀ ਦੀ ਹਵਾ ਵੇਖ ਤਾਂ ਸਹੀ ਕਿਵੇਂ ਖਾਂਦੀ ਪੀਂਦੀ ਟੀੜਨੇ ਮਾਰਦੀ ਆ ਮੈਨੂੰ ਸਿਖਾਉਂਦੀ ਆ ਜਿਵੇਂ ਕਿਤੇ ਮੈਂ ਪਾਗਲ ਹੁੰਦੀ ਹਾਂ ਵੀ ਮਾੜਾ ਮੋਟਾ ਐਂ ਤਾਂ ਦੇਖ ਲਾ ਕਰਦੀ ਇੰਨੀ ਹੈ ਵੀ ਉਹਨਾਂ ਨੇ ਤਾਂ ਇੰਨਾ ਪੈਸਾ ਲਾਤਾ ਕੋਠੀ 'ਤੇ ਘਰ ਪਲਟ ਜਾਂਦਾ ਪੈਸੇ ਲਾਉਣ ਲੱਗਿਆ ਹੈ ਅਤੇ ਹਜੇ ਕਹਿੰਦੀ ਕੋਠੀ ਪਾਈ ਦਾ ਕੀ ਫਾਇਦਾ ਜਦੋਂ ਆਖੇ ਇਨਵਰਟਰ ਹੀ ਨਾ ਲਵਾਇਆ ਹੈ ਵੀ ਤੂੰ ਆਪਦੇ ਬਲ ਤਾਂ ਪਹਿਲਾਂ ਦੇਖ ਲਾ ਉਹ ਤਾਂ ਧੰਨ ਦਾ ਮੇਰਾ ਭਰਾ ਨਹੀਂ ਜਿਹਨੇ ਤੇਰਾ ਰਿਸ਼ਤਾ ਲੈ ਲਿਆ ਨਹੀਂ ਜਦੋਂ ਤੈਨੂੰ ਵੇਖਣ ਗਏ ਸੀ ਨਾ
ਉਦੋਂ ਬਾਲਿਆਂ ਵਾਲੀ ਛੱਤ ਥੱਲੇ ਬੈਠਿਆ ਐਂ ਪਸੀਨਾ ਆਉਂਦਾ ਸੀ ਜਿਵੇਂ ਰੇਲ ਗੱਡੀ ਚੱਲਦੀ ਹੁੰਦੀ ਆ ਸਿਰ ਤੋਂ ਲੈ ਕੇ ਪੈਰਾਂ ਤੱਕ। ਕੋਈ ਗੱਲ ਨਹੀਂ, ਹੁਣ ਤਾਨਾ ਮਾਰ ਕੇ ਗਈ ਆ ਭਰਜਾਈ, ਇੱਕ ਤਾਂ ਦੀਵਾ ਤਾਂ ਬਾਲ ਕੇ ਛੱਡੂ, ਮੈਂ ਨਹੀਂ ਇਨਵਰਟਰ ਲਵਾ ਕੇ ਛੱਡੂ, ਦੇਖ ਹੀ ਚੱਲੀ ਹੁਣ ਛੇਤੀ ਇਨਵਰਟਰ ਲਵਾ ਲੈਣਾ, ਆਉਂਦੇ ਗੇੜੇ ਨੂੰ ਪਤਾ ਲੱਗ ਜੇ। ਗੱਲਾਂ ਕਰਦੀ ਆ ਉਹ, ਕਿਉਂ ਬੱਬੂ ਪੈ ਗਈ ਰਾਤ ਰੱਜੀ ਨਹੀਂ ਸੌਂ ਕੇ, ਹੈਂ ਤੜਕੀ ਫੇਰ ਪੈ ਗਈ, ਜਾ ਪਾਣੀ ਦਾ ਗਲਾਸ ਲਿਆ, ਵੱਟਾਂ ਘੜ ਕੇ ਆਉਂਦੀਆਂ, ਆਪੇ ਚੱਕ ਕੇ ਪੀ ਲਾ। ਉਹ ਪਾਣੀ ਦਾ ਗਲਾਸ ਤਾਂ ਲਿਆਦਾ ਕਰ, ਆਪੇ ਚੱਕ ਕੇ ਕਾਹਤੋਂ ਪੀ ਲਾਂ, ਮੈਂ ਥੱਕਿਆ ਆਇਆ, ਤੂੰ ਸਾਰੀ ਦਿਨ ਦੀ ਵਿਹਲੀ ਹੈਗੀ, ਕੀ ਕੀਤਾ ਦੱਸ। ਆਹੋ ਨਾ ਜਿਹੜਾ ਘਰ ਦਾ ਕੰਮ ਆ ਉਹ ਕਿਹਨੇ ਕਰਿਆ, ਸਾਰਾ ਮੈਂ ਹੀ ਕਰਿਆ ਗਾ, ਹਜੇ ਵੀ ਮੈਂ ਤਾਂ ਗਰਮੀ 'ਚ ਮਰੀ ਜਾਂਦੀ ਹਾਂ। ਉਹ ਫਿਰ ਜੇ ਪਾਣੀ ਦਾ ਗਲਾਸ ਲੈ ਤਾਂ ਤੈਨੂੰ ਪਟਮੇਲੀ ਪਈ ਕੀ ਹੁੰਦਾ, ਜਾ ਲਿਆ ਜਾ ਕੇ। ਮੇਰੀ ਗੱਲ ਸੁਣ ਲਾ, ਮੇਰੇ ਤੋਂ ਉਹਨਾਂ ਚਿਰ ਨਾ ਰੋਟੀ ਪੱਕੇ ਨਾ ਚਾਹ ਬਣੇ ਨਾ ਮੇਰੇ ਤੋਂ ਪਾਣੀ ਮੰਗਾਈ, ਜਿੰਨਾ ਚਿਰ ਇਨਵਰਟਰ ਨਹੀਂ ਲਵਾ ਕੇ ਦਿੰਦਾ। ਇਨਵਰਟਰ ਕਿਹਾ ਤਾਂ ਹੈਗਾ, ਮੈਂ ਬੰਦੇ ਨਾਲ ਗੱਲ ਕਰੀ ਆ, ਦੋ ਚਾਰ ਦਿਨ ਕਰਦਿਆਂ ਉਧਾਰ ਲਵਾਉਣਾ ਗਾ। ਮੇਰੇ ਵੱਲੋਂ ਉਧਾਰ ਲਵਾ, ਮੇਰੇ ਵੱਲੋਂ ਨਕਦ ਲਵਾ, ਅੱਜ ਮੇਰੇ ਭਰਾ ਭਰਜਾਈ ਆਏ ਸੀ, ਮੈਂ 15 ਮਿੰਟਾਂ ਤੋਂ ਵੱਧ ਨਹੀਂ ਬੈਠੇ, ਤੁਹਾਡੇ ਘਰੇ ਤਾਂ ਆ ਕੇ ਕੀੜੀਆਂ ਲੜਦੀਆਂ ਨੇ ਸਾਡੇ ਅੱਗੇ, ਅਸੀਂ ਤਾਂ ਏਸੀ ਵੀ ਲਵਾ ਲਿਆ। ਆ ਗਏ ਉਹ ਅੱਜ ਆਏ ਸੀਗੇ, ਉਹ ਦਵਾਈ ਲੈਣ ਆਏ ਸੀ ਭਾਬੀ, ਮੇਰੀ ਤਾਂ ਡੀਕ ਕਰ ਲੈਂਦੇ। ਹੋਰ ਲੈ ਦੱਸ, ਵੀ ਡੀਕ ਤਾਂ ਉਹ ਤਾਂ ਕਰਦੇ ਜੇ ਉਹਨਾਂ ਨੂੰ ਬੈਠਣ ਨੂੰ ਭਰਾ ਹਵਾ ਮਿਲਦੀ, ਹੈਂ ਭਰਜਾਈ ਮੇਰੀ 3600 ਗੱਲਾਂ ਸੁਣਾ ਕੇ ਗਈ। ਕਿਉਂ ਲਾਈਟ ਹੈ ਨਹੀਂ ਸੀ, ਕਿੱਥੇ ਲਾਈਟ ਹੈਗੀ ਆ, ਤਾਂ ਹੀ ਤਾਂ ਮੈਂ ਕਹੀ ਜਾਂਦੀ ਹਾਂ ਵੀ ਇਨਵਰਟਰ ਲਵਾ ਲਾ, ਨਾਂ ਵਾਲਾ ਕਰਦੇ ਆ, ਬਰਾਡੇ ਵਾਲਾ ਪੱਖਾ ਤਾਂ ਚੱਲਦਾ ਹੋ ਜੂ। ਬੇਇੱਜ਼ਤੀ ਹੋ ਗਈ ਅੱਜ ਮੇਰੀ, ਮੇਰੇ ਭਰਾ ਭਰਜਾਈ ਨਾ ਰੋਟੀ ਖਾਧੀ ਨਾ ਕੁਛ ਹੋਰ, ਮੈਂ ਹਾਲ ਚਾਲ ਪੁੱਛ ਕੇ ਵਗ ਗਏ ਅਗਲੇ। ਉਹ ਤਾਂ ਉਈ ਨਖਰੇ ਕਰਦੇ ਨੇ, ਫਿਰ ਸਾਰਾ ਕੁਛ ਤਾਂ ਹੈਗਾ, ਬੇ ਨਖਰੇ ਨਹੀਂ ਕਰਦੇ। ਦੇਖ ਲਾ ਮੇਰਾ ਭਰਾ ਤਾਂ ਕਰਦਾ 6 ਕਿੱਲਿਆਂ ਦੀ ਵਾਹੀ, ਤੇ ਸੁੱਖ ਨਾ ਆਪਣੇ ਕੋਲ ਹੈਗੇ ਨੇ 10, ਹੈਂ ਵੀ ਨਾ ਇਨਵਰਟਰ ਨਾ ਏਸੀ। ਮੇਰੀ ਗੱਲ ਸੁਣ ਲਾ ਧਿਆਨ ਨਾਲ, ਹੁਣ ਤਾਂ ਏਸੀ ਵੀ ਲਵਾਉਣਾ ਪਊ ਤੇ ਇਨਵਰਟਰ ਵੀ ਲਵਾਉਣਾ ਪਊ। ਕੋਈ ਨਾ, ਤੂੰ ਰੋਜ਼ ਨਵੀਂ ਚੀਜ਼ਾਂ ਨਾ ਕਿਹਾ ਕਰ, ਗੁੰਜਾਇਸ਼ ਹੈ ਨਹੀਂ ਆਪਣੇ ਕੋਲੇ ਬਣੀ ਹੈ ਏਸੀ ਦੀ, ਇਨਵਰਟਰ ਦੀ ਤੇਰੇ ਨਾਲ ਗੱਲ ਹੋਈ, ਇਨਵਰਟਰ ਲਵਾ ਦੂੰਗਾ ਕੋਈ ਨਾ। ਲੈ ਦੱਸ ਹੁਣ ਗੁੰਜਾਇਸ਼ ਵਾਲੀ ਕਿਹੜੀ ਗੱਲ ਹੈ, ਵੀ ਮੇਰੇ ਪੇਕਿਆਂ ਕੋਲ ਤਾਂ ਜ਼ਮੀਨ ਘੱਟ ਹੈ, ਉਹਨਾਂ ਨੇ ਦੇਖ ਲਾ ਕਿਵੇਂ ਕੁਦਰੇ ਮਾਰ ਮਹਿੰਗੇ ਮਹਿੰਗੇ ਪੜਦੇ, ਮਹਿੰਗੀਆਂ ਮਹਿੰਗੀਆਂ ਲਾਈਟਾਂ, ਹੈਂ ਜੋੜੀਆਂ ਲਵਾਈਆਂ ਸੁੱਖ ਨਾਲ, ਇੱਕ ਦਰਵਾਜ਼ਾ ਮੈਨੂੰ ਲੱਗਦਾ ਪਤਾ ਨਹੀਂ 50-50 ਹਜ਼ਾਰ ਦਾ ਪੈ ਗਿਆ ਹੁਣ, ਇਹੋ ਜਿਹਾ ਡਿਜ਼ਾਇਨ ਪਵਾਇਆ ਉਹਨਾਂ ਨੇ, ਹੈਂ ਅਤੇ ਆਪਾਂ ਦੇਖ ਲਾ ਉਹ ਕੋਠੀ ਪਾ ਸਿੱਟੀ ਹੈ, ਨਾ ਇਹਦੇ ਵਿੱਚ ਕੋਈ ਟਾਕੀ ਨਾ ਕੁਛ ਲੈਣਾ ਨਾ ਦੇਣਾ ਨਾ, ਹੈਂ ਉਹ ਤਾਂ ਪਹਿਲਾਂ ਪਹਿਲੇ ਆੜਤੀ ਨੂੰ ਝੁੱਗਾ ਚੱਕ ਗਏ, ਹੁਣ ਜਿਹੜਾ ਨਵਾਂ ਟੋਲਿਆ ਉਹਨੂੰ ਝੁੱਗਾ ਚੱਕ ਕੇ ਦੇਣਗੇ, ਉਹਨਾਂ ਦਾ ਕੀ ਆ, ਆਪਾਂ ਤਾਂ ਭਾਈ ਕਿਸੇ ਤੋਂ ਪੈਸੇ ਚੱਕਦੇ ਨਹੀਂ, ਜਿਹਦੇ ਦੇਣੇ ਹੁੰਦੇ ਪਹਿਲਾਂ ਫੜਾ ਕੇ ਆਉਣੇ ਆ, ਉਹ ਤਾਂ ਕਿਸੇ ਨੂੰ ਨਹੀਂ ਦਿੰਦੇ ਹੈਗੇ। ਆਹੀ ਕੰਮ ਆ ਤੇਰੇ ਕੋਲ ਤਾਂ, ਤੇਰੇ ਪੇਕਿਆਂ ਦੀ ਹੁਣ ਆਪਾਂ ਕੀ ਰੀਸ ਕਰੀਏ, ਹੈਂ ਲੈ ਰੀਸ ਵਾਲੀ ਕਿਹੜੀ ਗੱਲ ਹੈ, ਹੈਂ ਭਾਬੀ ਤਾਂ ਮੇਰੀ ਐਂ ਵੀ ਕਹੇਗੀ ਅਗੇ ਅੰਦਰ ਪੱਥਰ ਤੁਸੀਂ ਹੋਰ ਲਵਾ ਲਿਆ, ਬਾਹਰ ਹੋਰ ਲਵਾ ਲਿਆ, ਨਾਲੇ ਮੈਂ ਤੈਨੂੰ ਕਹਿੰਦੀ ਰਹੀ ਵੀ ਨਾਲ ਦਾ ਲਵਾ ਦੇ, ਮੇਰੇ ਪੇਕਿਆਂ ਨੂੰ ਪਸੰਦ ਨਹੀਂ ਆਉਣਾ ਹੈ। ਉਹਨਾਂ ਸ਼ਰਮ ਨਹੀਂ ਆਉਂਦੀ ਗੱਲਾਂ ਕਹਿੰਦਾ ਨੂੰ, ਸੁਸਾਇਟੀ ਵਾਲ ਨੇ ਉਹ ਡਿਫਾਲਟਰ ਕੀਤੇ ਪਿਆ, 2 ਲੱਖ ਰੁਪਇਆ ਸੁਸਾਇਟੀ ਦਾ ਉਹ ਨਹੀਂ ਭਰਦੇ ਹੈਗੇ, ਹੈਂ ਬੈਂਕ ਦੇ ਪੈਸੇ ਉਹ ਮੁੱਕਰੇ ਫਿਰਦੇ ਆ, ਲੈਣਾ ਦੇਣਾ ਤਾਂ ਚੱਲਦਾ ਹੀ ਰਹਿੰਦਾ, ਆ ਡਿਫਾਲਟਰ ਦਾ ਕੀ ਮਤਲਬ ਹੋਇਆ, ਡਿਫਾਲਟਰ ਕਰਤੇ ਉਹ ਰੇਹ ਕੂੜੇ ਨਹੀਂ ਚੁਕਾਉਂਦੇ ਉਹਨਾਂ ਨੂੰ ਸੁਸਾਇਟੀ 'ਚੋਂ, ਲਹਿਰੇ ਵਾਲੇ ਨੇ ਬੈਂਕ ਵਾਲੇ ਉਹ ਗੇੜਾ ਮਾਰ ਕੇ ਆਉਂਦੇ ਨੇ, ਟਰੈਕਟਰ ਕਢਾਇਆ ਸੀ ਕਿਸ਼ਤਾਂ ਤੇ ਉਹ ਗੇੜੇ ਮਾਰੀ ਜਾਂਦੇ, ਕਹਿੰਦੇ ਨਹੀਂ ਥੋੜ੍ਹਾ ਟਰੈਕਟਰ ਲੈ ਕੇ ਆਵਾਂਗੇ। ਬੇ ਚੱਲ ਕੋਈ ਗੱਲ ਨਹੀਂ, ਕਦੇ ਨਾ ਕਦੇ ਹੋ ਜਾਂਦੀਆਂ ਹੈ, ਨਹੀਂ ਕਿਸ਼ਤ ਭਰੀ ਜਾਂਦੀ। ਮੇਰੀ ਬੇਇੱਜ਼ਤ ਸਾਰੇ ਪਿੰਡਾਂ 'ਚ ਬੋਰਡ ਲਾਤੇ ਉਹਨਾਂ ਨੇ ਵੀ ਇਹਨਾਂ ਦੇ ਟਰੈਕਟਰ ਦੀ ਨਿਲਾਮੀ ਕਰਨੀ ਹੈ, ਪੈਸੇ ਨਹੀਂ ਭਰਦੇ, ਸ਼ਰਮ ਨਹੀਂ ਆਉਂਦੀ ਗੱਲਾਂ ਕਹਿੰਦੇ ਨੂੰ, ਗੱਲਾਂ ਮਾਰਦੇ ਨੇ ਬੜੀਆਂ ਬੜੀਆਂ। ਚਾਹੇ ਕੁਛ ਮਰਜ਼ੀ ਆ, ਮੈਨੂੰ ਤਾਂ ਇਨਵਰਟਰ ਅਤੇ ਅਸੀਂ ਦੋਨੇ ਚੀਜ਼ਾਂ ਲਵਾ ਕੇ ਦੇ, ਮੈਂ ਤੁਹਾਨੂੰ ਦੱਸਤਾ ਬਸ। ਕੋਈ ਨਾ ਹੋ ਜੂਗਾ, ਹਜੇ ਕੰਮਾਂ ਕਾਰਾਂ ਦਾ ਔਖਾ, ਇਕੱਲਾ ਬੰਦਾ ਦੱਸ ਕੀ ਕਰੇ ਉੱਥੇ। ਨਾਲੇ ਇੱਕ ਗੱਲ ਹੋਰ ਵੀ ਯਾਦ ਆ ਗਈ ਮੇਰੇ, ਹੈਂ ਦੇਖ ਲਾ ਮੇਰੀ ਭਰਜਾਈ ਪਤਾ ਕੀ ਕਹਿੰਦੀ, ਕਹਿੰਦੀ ਮੈਂ ਤਾਂ ਕਹਿੰਦੀ ਭਈਆ ਰਖਾਤਾ ਤੇਰੇ ਭਾਈ ਨੂੰ ਕਹਿ ਕੇ, ਨਾਲੇ ਤਾਂ ਕਹਿੰਦੀ ਖੇਤੀਬਾੜੀ ਦਾ ਕੰਮ ਕਰਾਉਂਦਾ ਉਹ, ਨਾਲੇ ਕਹਿੰਦੀ ਘਰੇ ਝਾੜੂ ਪੋਚਾ ਲਾਉਂਦਾ, ਹੋਰ ਤਾਂ ਕਦੇ ਕਦੇ ਕਹਿੰਦੀ ਮਸ਼ੀਨ 'ਚ ਪਾ ਕੇ ਲੀੜੇ ਵੀ ਧੋ ਦਿੰਦਾ, ਆਪਾਂ ਤਾਂ ਆਪ ਫਿਰ ਐਂ ਕਰੋ ਭਾਈ, ਹੁਣ ਜੀਰੀ ਦਾ ਕੰਮ ਚੱਲਣਾ ਮੇਰੇ ਤੋਂ ਹੀ ਇੰਨੇ ਕੰਮ ਹੁੰਦੇ, ਤੇਰੇ ਮੂਹਰੇ ਜੋੜਦਾ ਹੱਥ, ਮੈਂ ਤਾਂ ਆਪੀ ਕਰ ਲਵਾਂ ਖੇਤੀ ਦੀਆਂ, 4 ਵੱਟਾਂ ਲਿਪਣੀਆਂ ਮੈਂ ਆਪੀ ਲਿਪ ਲੂੰਗਾ, ਤੂੰ ਰਹਿ ਦੇ, ਫਿਰ ਰੋਟੀ ਚੁੱਕ ਤਾਂ ਮੈਂ ਹੀ ਪਕਾ ਕੇ ਦੇਣਾ ਹੁੰਦਾ ਘਰੇ, ਫਿਰ ਮੈਂ ਕਿਹੜੇ ਵੇਲੇ ਪਸ਼ੂ ਢਾਣਿਆਂ ਦਾ ਗੋਹਾ ਕੂੜਾ ਕਰਕੇ ਆਵਾਂ, ਹੈ ਕਿਹੜੇ ਵੇਲੇ ਆ ਕੇ ਮੈਂ ਸੁੱਖ ਨਾਲ ਇੱਡੀ ਕੋਠੀ ਪਾਈ ਆ, ਇਹਦਾ ਝਾੜੂ ਪੋਚਾ ਕਰਾਂ, ਭਾਈ ਮੈਂ ਵੀ ਇਨਸਾਨ ਆ, ਮੈਂ ਹੁਣ ਐਂ ਗਦੀ ਨਹੀਂ ਤੁਰੀ ਖਾ ਖਾ ਕੇ ਬੱਕਰੇ ਵਰਗੀ ਹੋਈ ਜਿੰਨੇ, ਮਾੜਾ ਮੋਟਾ ਹੱਥ ਲਾ ਲਾ ਕਰਦਾ, ਸੰਨੀ ਨੀਰ ਲਾ ਸਕਦੀ ਤੂੰ, ਦੋ ਤਾਂ ਮੱਝਾਂ ਨੇ, ਮੈਂ ਬੱਕਰੇ ਵਰਗੀ ਹੋ ਜਾਣੀ ਆ, ਮੈਂ ਮੇਰੀ ਭਰਜਾਈ ਤਾਂ ਤਾਨਾ ਦੇ ਕੇ ਗਈ ਆ, ਕਦੀ ਸੁੱਖ ਨਾਲ ਆਏ ਪਈ ਸੀ ਭੜੋਲੇ ਵਰਗੀ, ਹੁਣ ਕਦੀ ਦੇਖ ਲਾ ਸੁੱਕ ਕੇ ਕਿਵੇਂ ਬਣੀ ਪਈ ਆ ਤੂੰ, ਹੁਣ ਮੈਂ ਉਹਨੂੰ ਕੀ ਦੱਸਾਂ ਵੀ ਸਾਰੀ ਦਿਹਾੜੀ ਤਾਂ ਕੰਮ 'ਚ ਨੂੜੀ ਰਹਿੰਦੀ ਹਾਂ ਮੈਂ।
ਉਹ ਭਈਆ ਭੂਆ ਨਹੀਂ ਰੱਖਿਆ ਜਾਂਦਾ ਅਗਲਾ ਲੱਖ ਰੁਪਈਆ ਲਊ ਸਾਲ ਦਾ ਵੇ ਲੱਖ ਰੁਪਈਆ ਨਹੀਂ ਲੈਂਦਾ ਆ ਘੱਟ ਹੀ ਲਊਗਾ ਜਿਹੜੇ ਉਹ ਗੁਰਦਿਆਲੇ ਬਾਬੇ ਕੇ ਨਹੀਂ ਹੈਗੇ ਹਾਂ ਹੈਨਾ ਉਹਨਾਂ ਦੇ ਭਈਆ ਜਿਹੜਾ ਪਹਿਲਾਂ ਰੱਖਿਆ ਸੀ ਵੀ ਉਹਦਾ ਭਾਈ ਭੂਆ ਆਇਆ ਕੋਈ ਛੋਟਾ ਕਹਿੰਦੇ ਉਹ ਵੀ ਕੰਮ ਭਾਲਦਾ ਕਰਦਾ ਕਿਸੇ ਦੇ ਤੂੰ ਐਂ ਕਰ ਬਾਬੇ ਗੁਰਦਿਆਲੇ ਕਿਆ ਨਾ ਗੱਲ ਕਰਕੇ ਉਹ ਰੱਖ ਲਾ ਚੱਲ ਐਂ ਕਰ ਨਾ ਵਾਲਾ ਚਿਰ ਰੱਖੀ ਆ ਜਿੰਨਾ ਚਿਰ ਆ ਫਸਲ ਦਾ ਕੰਮ ਜਾਂ ਚੱਲੂਗਾ ਮਾੜਾ ਜਾਂ ਜੀਰੀ ਜੂਰੀ ਲਾਉਣ ਦਾ ਉਹਨਾਂ ਚਿਰ ਰੱਖ ਲਾ ਫਿਰ ਹਟਾ ਦੇਂਗੇ ਹਟਦੀ ਨੇੜੀ ਤੂੰ ਹੈ ਫਿਰ ਰਾਤ ਨੂੰ ਰੋਜ ਨੀ ਵਗ ਜਾਂਦੀ ਆ ਲਾਈਟ ਤੇ ਮੇਰੀ ਤਾਂ ਨੀਂਦ ਖਰਾਬ ਹੋ ਜਾਂਦੀ ਆ ਤੜਕੇ ਨੂੰ ਮੇਰਾ ਫਿਰ ਸਿਰ ਦੁਖਣ ਲੱਗ ਜਾਂਦਾ ਗੋਹੇ ਤੇ ਦੋ ਫੋਸ ਪਾ ਕੇ ਵੀ ਸਿਰ ਤੇ ਰੱਖਦੇ ਸਿਰ ਠਾ ਠਾ ਕਰਦਾ ਗਾ ਤਾਂ ਐਵੇਂ ਕਹਿੰਦੀ ਆ ਭਈਆ ਰੱਖ ਲਾ ਚੱਲ ਚੱਲ ਕੋਈ ਨਾ ਦੋ ਮਹੀਨੇ ਤੇ ਰੱਖ ਲਾਂਗੇ ਹੁਣ ਐ ਕਰ ਮੇਰਾ ਖਿਹੜਾ ਛੱਡ ਦਿਮਾਗ ਨਾ ਖਾ ਪਾਣੀ ਦਾ ਗਾਲ ਲਗਾ ਲਿਆ ਦੇ ਹਾਂ ਲਿਆ ਦੇਣੀ ਪਰ ਹੁਣ ਤੂੰ ਮੈਨੂੰ ਐ ਦੱਸ ਦੇ ਪਹਿਲਾਂ ਇੱਕ ਵਾਰੀ ਵੀ ਏਸੀ ਲਵਾਏਗਾ ਨਾ ਹੁਣ ਏਸੀ ਤੇ ਆ ਗਈ ਪਹਿਲਾਂ ਇਨਵੇਟਰ ਤਾਂ ਲਵਾਉਣਾ ਪਹਿਲਾਂ ਇੱਕ ਵਾਰ ਹਾਂ ਕਰਦੇ ਬਸ ਵੀ ਲਵਾਏਗਾ ਨਾ ਏਸੀ ਉਸੇ ਨਹੀਂ ਲੱਗਦਾ ਇਨਵੇਟਰ ਤੈਨੂੰ ਲਿਆ ਦੂੰਗਾ ਉਹ ਮੇਰੀ ਗੱਲ ਭਈਆ ਤਾਂ ਰੱਖੇਗਾ ਉਹ ਮੈਂ ਕਰ ਲੈਣਾ ਗੱਲ ਹਾਂ ਲਿਆ ਦੇਣੀ ਆ ਪਾਣੀ ਫਿਰ ਹਾਂ ਇਹ ਥੋੜੀ ਹੁੰਦਾ ਗਾ ਦੱਸ ਨੱਤ ਨਵੇਂ ਹੀ ਪਖੰਡ ਫੜਦੀ ਆ ਪਹਿਲਾਂ ਇਨਵੇਟਰ ਹੁਣ ਭਈਆ ਏਸੀ ਨਖਰੇ ਹੀ ਨਹੀਂ ਲੋਟ ਆਉਂਦੇ ਇਹਦੇ ਬਸ ਉਹ ਇਹ ਜਿਹੇ ਨੇ ਮਲੰਗ ਉਹ ਉਂਗਲਾਂ ਲਾ ਆਉਂਦੇ ਨੇ ਬਈ ਤੁਸੀਂ ਤਾਂ ਮਲੰਗ ਹੈਗੇ ਹੋ ਕਿਸੇ ਦਾ ਧੇਲਾ ਦੇਣਾ ਨਹੀਂ ਬੈਂਕ ਤੋਂ ਡਿਫਾਲਟਰ ਬੈਂਕ ਤੋਂ ਡਿਫਾਲਟਰ ਬਾਣੀਆਂ ਨੂੰ ਝੁੱਗਾ ਚੱਕ ਦੇਣਾ ਹੁਣ ਅਸੀਂ ਤਾਂ ਦੇਣੇ ਸਾਨੂੰ ਤਾਂ ਸ਼ਰਮ ਆਉਂਦੀ ਸਾਡੀ ਤਾਂ ਇੱਜ਼ਤ ਆ ਤੁਹਾਡੀ ਤਾਂ ਕੋਈ ਇੱਜ਼ਤ ਨਹੀਂ ਹੈਗੀ ਲੱਗਦਾ ਕਿੱਲਾ ਪਕਾਉਣਗੇ ਇਹਦੇ ਪੇਕੇ ਸ਼ਰਮ ਨਹੀਂ ਮੰਨਦੇ ਆਪਦੀ ਕੁੜੀ ਦਾ ਘਰ ਪੱਟਣ ਦੀ ਹੋਏ ਨੇ ਲੈ ਫੜ ਆ ਫੜ ਪਾਣੀ ਪੀ ਲਾ ਨਾਲੇ ਐਂ ਕਰ ਪਾਣੀ ਪੀ ਕੇ ਜੇ ਚਾਹ ਪੀਣੀ ਆ ਦੱਸ ਦੇ ਤੇ ਭਈਏ ਦਾ ਪਤਾ ਕਰਿਆ ਆ ਜਾ ਛੇਤੀ ਆਉਣਾ ਕਿਉਂ ਦਿਮਾਗ ਖਾਂਦੀ ਆ ਤੇਰੇ ਨਾਲ ਡੈਣ ਵੀ ਚੰਗੀ ਆ ਆ ਜਾ ਪੁੱਤ ਤੇਰੀ ਭੂਆ ਦਾ ਘਰ ਆ ਗਿਆ ਭਾਂਡੇ ਭੁੰਡੇ ਲੈ ਬਾਪੂ ਜੀ ਤੁਸੀਂ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਆ ਜਾ ਅੰਦਰ ਆ ਜਾ ਪੁੱਤ ਹੋਰ ਬਾਪੂ ਜੀ ਸਾਰੇ ਠੀਕ ਠਾਕ ਠੀਕ ਠਾਕ ਆ ਪੁੱਤ ਠੀਕ ਠਾਕ ਤੂੰ ਦੱਸ ਮੈਂ ਠੀਕ ਆ ਚੱਲ ਵਧੀਆ ਕੰਮ ਕੁਮ ਲੱਗੀ ਕਰਨਾ ਹੈ ਹੋਰ ਬਾਪੂ ਜੀ ਹੁਣੇ ਬੜਾ ਠੀਕਰ ਸਾਮ ਕੇ ਹਟੀਆਂ ਹਲੇ ਧੁੱਪ ਝਾੜਦਾ ਨਹੀਂ ਪੁੱਤ ਤੂੰ ਵੀ ਕੰਮਾਂ ਨੂੰ ਹੈ ਉਹ ਕੀ ਕਰਾਂ ਬਾਪੂ ਕੱਲੀ ਆ ਨਾ ਹੁਣ ਕੱਲੀ ਦਾ ਔਖਾ ਹੋ ਜਾਂਦਾ ਫਿਰ ਉਹ ਤਾਂ ਠੀਕ ਚੱਲ ਆ ਜਾ ਅੰਦਰ ਆ ਜਾ ਲੈ ਬਾਪੂ ਚੱਕੋ ਚਾਹ ਪੀਓ ਲੈ ਪੁੱਤ ਤੂੰ ਵੀ ਪੀ ਲੈ ਭੂਆ ਬਿਸਕੁਟ ਭੁਜਿਆ ਤਾਂ ਲੈ ਆਈ ਚਾਹ ਨਾਲ ਮੇਰੀ ਮੰਮੀ ਨੇ ਤਾਂ ਦਿੱਤੇ ਨਹੀਂ ਬਿਸਕੁਟ ਭੁਜਿਆ ਤੇਰੇ ਬਾਪੂ ਵਾਲੇ ਕਿੱਥੇ ਨੇ ਕੇਲੇ ਉਹ ਕੇਲੇ ਤਾਂ ਲੈ ਕੇ ਆਏ ਸੀ ਪੁੱਤ ਮੈਂ ਅਸੀਂ ਅੱਡੇ ਤੇ ਬੈਠੇ ਦੂਰਾਂ ਬੱਸ ਚੜ੍ਹਨ ਵਾਸਤੇ ਮਹਾਂ ਚੱਲ ਉੱਥੇ ਜਾ ਕੇ ਆਉਂਦੇ ਹਾਂ ਉਹਦਾ ਜੋ ਦੋ ਕੁ ਬਾਂਦਰ ਆ ਗਏ ਉਹਨਾਂ ਨੇ ਖੋਲੇ ਦੁਬਾਰੇ ਉੱਥੇ ਕੋਈ ਰੇੜੀ ਨਹੀਂ ਤੀ ਮੈਂ ਦੁਬਾਰੇ ਘੋਲ ਕਰ ਗਿਆ ਵੀ ਚੱਲ ਉੱਥੇ ਚੀਜ਼ ਦਵਾ ਦਾਂਗੇ ਕੋਈ ਪਿੰਡ 'ਚ ਇਹ ਤਾਂ ਬਹਾਨਾ ਹੈ ਕਾਹਨੂੰ ਬਾਂਦਰ ਖੋ ਕੇ ਲੈ ਗਏ ਚੁੱਪ ਕਰ ਚੋ ਕੋਈ ਚੱਲ ਕੋਈ ਨਹੀਂ ਉਹ ਵੀ ਪੁੰਨ ਨਹੀਂ ਹੁੰਦਾ ਗਾ ਲੋਕ ਤਾਂ ਸਮਾਂ ਦੀ ਇੰਨੀ ਸੇਵਾ ਲਾਉਂਦੇ ਨੇ ਉਹਨਾਂ ਨੂੰ ਪਾਉਣ ਜਾਂਦੇ ਨੇ ਕੇਲੇ ਕਦੇ ਕੁਛ ਕਦੇ ਹੋਰ 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 ਇਹ ਨਹੀਂ ਪੁੱਤ ਚਾਹ ਪੀਂਦੇ ਹੈਗੇ ਮੁੰਡੇ ਅਸੀਂ ਨਹੀਂ ਚਾਹ ਪੀਂਦੇ ਬਾਪਾ ਨਾ ਅਸੀਂ ਤਾਂ ਕਾਫੀ ਜਾਂ ਠੰਡਾ ਪੀਂਦੇ ਆ ਅੱਛਾ ਇਹ ਨਿਆਣੇ ਤੈਨੂੰ ਪਤਾ ਅੱਜ ਕੱਲ ਅੱਗ ਸਵਾਹ ਤੇ ਲੱਗੇ ਹੋਏ ਨੇ ਕਾਹਨੂੰ ਚਾਹ ਪੀਂਦੇ ਇਹ ਹਾਂ ਹਾਂ ਹੋਰ ਆ ਤੁਹਾਡੇ ਆ ਤਾਂ ਚੰਗਾ ਚਾਹ ਜੀ ਪੀ ਲੈਂਦਾ ਗਾ ਇਹ ਨਹੀਂ ਪੀਂਦੇ ਪੁੱਤ ਤੱਕ ਪੀ ਪੂ ਲਾਂਦਾ ਹੈ ਹਾਂ ਚੱਲ ਕੋਈ ਨਹੀਂ ਪੁੱਤ ਪੀ ਲੈ ਚਾਹ ਠੰਡੀ ਹੋ ਜੂਗੀ ਪਰੋਣਾ ਕਿੱਧਰ ਜਾ ਰਿਹਾ ਪੁੱਤ ਉਹ ਖੇਤ ਗਿਆ ਗਾ ਗੇੜਾ ਜਿਹਾ ਮਾਰਨ ਗਿਆ ਸੀਗਾ ਆ ਪੌਦ ਪੂਦ ਜੀ ਪੱਟ ਕੇ ਹੁਣ ਲਾਉਣੀ ਸੀ ਤੁਹਾਨੂੰ ਪਤਾ ਹੀ ਹੈ ਅੱਛਾ ਅੱਛਾ ਹੋਰ ਆ ਫਰਸ਼ ਫੁਰਸ਼ ਤਾਂ ਹੁਣ ਲਵਾ ਲਿਆ ਕੋਠੀਆਂ ਦਾ ਜੋੜੀਆਂ ਜੋੜੀਆਂ ਦਾ ਹਲੇ ਛੇੜਾ ਛੇੜਿਆ ਨਹੀਂ ਹੈਗਾ ਕਿੱਥੇ ਹਜੇ ਮੈਂ ਕਿਹਾ ਚੱਲ ਠਹਿਰ ਕੇ ਲਵਾ ਲਾਂਗੇ ਹੈ ਨਾ ਤੁਹਾਨੂੰ ਪਤਾ ਹੱਥ ਤੰਗ ਹੋ ਜਾਂਦਾ ਫਿਰ ਹੱਥ ਤੰਗ ਨੂੰ ਕੀ ਆ ਪੁੱਤ ਲੱਗਦੇ ਹੱਥ ਹੋ ਜਾਂਦਾ ਫਿਰ ਤਾਂ ਘੋਲੇ ਹੋ ਜਾਂਦੀ ਹੈ ਵੀ ਚੱਲ ਕਰਾ ਲਾਂਗੇ ਤੈਨੂੰ ਪਤਾ ਹੀ ਹੈ ਪ੍ਰਾਹੁਣਾ ਆਪਣਾ ਕਿੰਨਾ ਕੰਜੂਸ ਹੈ ਤੂੰ ਮਾੜਾ ਮੋਟਾ ਟੋਕ ਟਕਾਈ ਕਰੀ ਜਾਇਆ ਕਰ ਉਹ ਚੱਲ ਕੋਈ ਨਹੀਂ ਐਂ ਤਾਂ ਮੈਨੂੰ ਕੀ ਹੈ ਬਾਪੂ ਐਂ ਤਾਂ ਮੈਂ ਤੁਹਾਡੇ ਕਹਿਣ 'ਤੇ ਨਾ ਉਹਨੂੰ ਕਦੇ ਕੁਛ ਕਦੇ ਕੁਛ ਕਦੇ ਕੁਛ ਕਹੀ ਜਾਂਦੀ ਰਹਿੰਦੀ ਆ ਵੀ ਘਰ ਦਾ ਭਾਂਗਾ ਟੋਟਾ ਕੱਟਦੀ ਹੈ ਕੋਈ ਕਮੀ ਨਾ ਰਹੇ ਹੋਰ ਹੁਣ ਇੰਨਾ ਪੈਸਾ ਲਾਤਾ ਹੋਰ ਲੱਗ ਜਾਣਗੇ ਕੀ ਹੈ ਗੱਲ ਬਣ ਜੂ ਕੋਠੀ ਦੀ ਉਹ ਹੁਣ ਇਨਵਰਟਰ ਲਵਾ ਕੇ ਹਟੀ ਹਾਂ ਮੈਂ ਦੇਖ ਲਾ ਅਤੇ ਬਸ ਆਹ ਏਸੀ ਉਸੀ ਲਵਾ ਲੈਣਾ ਹੁਣ ਹੋਰ ਏਸੀ ਤਾਂ ਲਵਾ ਲਿਆ ਗਰਮੀ ਦੇਖ ਲਿਆ ਪੁੱਤ ਕਿੰਨੀ ਹੋ ਰਹੀ ਆ ਹੁਣ ਪੱਖਿਆਂ ਨਾਲ ਪਹਿਲਾਂ ਇੰਨੀ ਗਰਮੀ 'ਚ ਕਿੱਥੇ ਸਰਦਾ ਆਹ ਇਹ ਤਾਂ ਗੱਲ ਹੁਣ ਇਹਦਾ ਕੀ ਪਤਾ ਕਦੋਂ ਸੀਟੀ ਮਾਰ ਜੇ ਆਹੋ ਇੱਕ ਦਿਨ ਨੇਰੀ ਆ ਗਈ 24 ਘੰਟੇ 'ਚ ਲਾਈਟ ਨਾ ਆਈ ਐਂ ਨਹੀਂ ਪਤਾ ਸੀਟੀ ਮਾਰ ਜੇ ਮੁੜ ਕੇ ਚੱਲੇ ਨਾ ਫਿਰ ਬੈਠੇ ਰਹੀ ਹੋ ਚੱਲ ਕੋਈ ਨਹੀਂ ਬਾਪੂ ਹੁਣ ਉੱਥੇ ਕਿਹੜਾ ਤੂੰ ਏਸੀ 'ਚ ਹੀ ਬਹਿਨਾ ਗਾ ਦੱਸ ਏਸੀ ਲਵਾ ਰੱਖਿਆ ਪੁੱਤ ਲੈ ਹੋਰ ਤੇਰੇ ਭਾਈਆਂ ਨੇ ਤਾਂ ਅੱਡ ਲਵਾਤਾ ਹਾਂ ਮੇਰੇ ਵਾਲੇ ਕਮਰੇ 'ਚ ਅੱਡ ਲਵਾਤਾ ਕਹਿੰਦੇ ਬਾਪੂ ਏਸੀ ਲਾ ਲਿਆ ਕਰ
ਨਾਲੇ ਮਾੜਾ ਮੋਟਾ ਤੇਰੀ ਦਵਾਈ ਦਵੂਈ ਚੱਲਦੀ ਹੈ ਗਰਮਾਇਸ਼ ਹੁੰਦੀ ਹੈ ਦਵਾਈ ਚ ਫਿਰ ਜਵਾਕਾਂ ਵਿੱਚ ਵੀ ਲਵਾਤਾ ਹੁਣ ਲਵਾਇਆ ਹੋਇਆ ਪੁੱਤ ਇਹਨਾਂ ਦੇ ਕਮਰੇ ਚ ਫਿਰ ਤਾਂ ਤੁਸੀਂ ਸੀਮਲਾ ਬਣਾ ਲਿਆ ਪੂਰਾ ਹੋਰ ਹੋਰ ਉਹਦਾ ਕਹਿੰਦੇ ਡਾਕਟਰ ਕਹਿੰਦਾ ਵੀ ਤੂੰ ਏਸੀ ਚ ਰਹਿਣਾ ਗਰਮ ਹੈ ਤੇਰੀ ਦਵਾਈ ਮਾੜੀ ਜੀ ਹੁਣ ਮਾੜਾ ਮੋਟਾ ਤੁਸੀਂ ਪਰਾਹੁਣੇ ਨੂੰ ਕਹੋ ਨਹੀਂ ਮੈਂ ਕਹਿਦਾ ਨਾ ਹਾਂ ਊਂ ਤਾਂ ਮੈਂ ਕਿਹਾ ਗਾ ਪਰ ਜੇ ਤੈਨੂੰ ਕਿਤੇ ਆਉਂਦਾ ਜਾਂਦਾ ਮਾੜਾ ਜਿਹਾ ਟੱਕਰ ਗਿਆ ਤੂੰ ਕਾਹੇ ਵੀ ਦੇਵੀ ਆਹੋ ਚੱਲ ਮੈਂ ਕਹਿ ਦੂੰਗਾ ਚੱਲ ਫਿਰ ਅੱਜ ਤਾਂ ਰਾਤ ਰਹੋਗੇ ਤੁਸੀਂ ਹੁਣ ਨਾ ਪੁੱਤ ਰਾਤ ਕਿੱਥੇ ਲੱਗੀ ਜਾਂਦੀ ਹੈ ਇੰਨੀ ਗਰਮੀ 'ਚ ਮੈਥੋਂ ਨਹੀਂ ਰਾਤ ਰੂਤ ਕੱਟੀ ਜਾਂਦੀ ਹੈਗੀ ਲੈ ਬਾਪੂ ਤੈਨੂੰ ਵੀ ਗੇਜ ਪੈ ਗਈ ਏਸੀ ਦੀ ਕਿਤੇ ਐਂ ਨਾ ਹੋਵੇ ਇੱਕ ਗੋਡਾ ਦਾ ਤੇਰਾ ਦੁਖਦਾ ਦੁਖਦਾ ਦੂਜਾ ਵੀ ਦੁਖਣ ਲੱਗ ਜੇ ਹੁਣ ਉਹ ਚੱਲ ਪੁੱਤ ਉਹਦਾ ਜਿਹੜਾ ਹੋਊਗਾ ਆਰਾਮਦਾਰੀ ਤਾਂ ਹੋ ਰਹੀ ਹੈ ਨਾ ਆਹੋ ਭਾਈ ਆਦਤ ਪੈ ਗਈ ਤੁਹਾਨੂੰ ਤਾਂ ਏਸੀਆਂ 'ਚ ਰਹਿਣ ਦੀ ਹੋਰ ਏਸੀ ਉਸੀ ਤਾਂ ਲਵਾ ਲਓ ਹੁਣ ਇੰਨਾ ਵੀ ਕੰਜੂਸ ਕਾਹਦਾ ਦਿਖਾਉਣਾ ਹੈ ਹੁਣ ਆਪਣੇ 6 ਕਿੱਲੇ ਜ਼ਮੀਨ ਦੇ ਨੇ ਮੈਂ ਤੇਰੇ ਵਾਸਤੇ 10 ਕਿੱਲੇ ਉਹੀ ਨੰਗ ਬਣਨ ਵਾਲਾ ਕੰਮ ਕਰੀ ਜਾਂਦੇ ਤੁਸੀਂ ਨਾ ਕਹੀ ਨਹੀਂ ਆ ਬਾਪੂ ਮੈਂ ਕਹੀ ਨਹੀਂ ਆ ਕੋਈ ਹੋਰ ਹੋਰ ਮਾੜਾ ਮੋਟਾ ਤੂੰ ਰਾਤ ਰਹਿ ਜਾ ਕੋਈ ਗੱਲ ਨਹੀਂ ਔਖਾ ਸੌ ਨਾ ਨਾ ਪੁੱਤ ਮੈਥੋਂ ਰਿਹਾ ਨਹੀਂ ਜਾਂਦਾ ਗਰਮੀ 'ਚ ਮੈਥੋਂ ਤਾਂ ਹੁਣੇ ਘੰਟਾ ਬੈਠਣਾ ਔਖਾ ਉਰੇ ਮੈਂ ਤਾਂ ਦਿਨ ਤੁਹਾਡੇ ਘਰੇ ਤਾਂ ਏਸੀ ਵੀ ਨਹੀਂ ਹੈਗਾ ਬੇ ਏਸੀ ਦੀ ਉਹ ਤਾਂ ਗੱਲ ਕਰੀ ਜਾਂਦੀ ਪੁੱਤ ਏਸੀ ਦੀ ਤਾਂ ਗੱਲ ਰੌਲਾ ਪਾਈ ਜਾਂਦੇ ਹੁਣ ਦੱਸ ਜਵਾਕ ਵੀ ਗਜਾ ਲੈ ਤੁਸੀਂ ਤਾਂ ਬਾਪੂ ਦੱਸ ਏਸੀ ਫਿਰ ਪੁੱਤ ਹੁਣ ਜਦੋਂ ਏਸੀ 'ਚ ਰਹਿੰਦੇ ਹੁਣ ਏਸੀਆਂ ਦੀ ਗੱਲ ਕਰਨਗੇ ਠੰਡੇ ਠੰਡ 'ਚ ਰਹਿੰਦੇ ਨੇ ਹਰ ਵਕਤ ਦੱਸ ਆਏ ਤਾਂ ਔਖਾ ਭਾਈ ਮੇਰੇ ਨਿਆਣੇ ਤਾਂ ਕੋਈ ਨਹੀਂ ਆ ਫਿਰਦੇ ਨੇ ਖੇਡਦੇ ਪੱਖਾ ਲੱਗਿਆ ਤਾਂ ਕੋਈ ਨਹੀਂ ਆ ਜਾਏ ਖਣ ਦਾ ਇਨਵਰਟਰ ਤੇ ਪੱਖਾ ਚੱਲਦਾ ਤਾਂ ਕੋਈ ਨਹੀਂ ਏਸੀ ਉਸੇ ਸਾਈ ਨਹੀਂ ਜਵਾਕਾਂ ਨੂੰ ਹਨਾ ਤੁਹਾਨੂੰ ਤਾਂ ਨਹੀਂ ਗਰਮੀ ਲੱਗਦੀ ਹੋਰ ਆਈ ਲੱਗਦੀ ਦੇਖ ਉਹ ਤਾਂ ਹੁਣ ਕਹਿਣਗੇ ਜਦੋਂ ਲਵਾਇਆ ਨਹੀਂ ਹੋਇਆ ਤੁਹਾਡਾ ਉਹ ਚੱਲ ਕੋਈ ਨਹੀਂ ਬਾਪੂ ਹੁਣ ਤੂੰ ਵੀ ਲੈਣੀ ਪਾ ਲਈ ਤੂੰ ਅੱਗੇ ਭਰਜਾਈ ਆਈ ਉਹ ਇੰਨਾ ਕੁਛ ਕਰਦੀ ਹੈ ਐਂ ਕਰ ਲਾ ਐਂ ਕਰ ਲਾ ਉਹ ਪੁੱਤ ਮੈਂ ਤਾਂ ਕਹਿੰਦਾ ਵੀ ਤੁਹਾਨੂੰ ਸੁੱਖ ਹੋ ਜੂਗਾ ਮੈਂ ਕਿਹੜਾ ਉਹਦੇ ਰੋਜ਼ ਆਉਣਾ ਮੈਂ ਤਾਂ 2-4 ਮਹੀਨਿਆਂ ਬਾਅਦ ਗੇੜਾ ਮਾਰਦਾ ਯਾਰ ਹੋਰ ਦੱਸ ਤੂੰ ਕੋਈ ਘਰ ਦੀ ਨਵੀਂ ਤਾਜੀ ਕੋਈ ਸਾਰੇ ਤਾਜੀ ਕੇ ਠੀਕ ਨੇ ਗੇ ਹਾਂ ਠੀਕ ਠਾਕ ਨੇ ਪੁੱਤ ਹੋਰ ਤਾਂ ਸਭ ਕੁਛ ਠੀਕ ਹੈ ਹੋਰ ਜੀਰੀ ਜੂਰੀ ਕਦੋਂ ਕਹਿੰਦੇ ਪਰਾਹੁਣਾ ਲਾਉਣ ਨੂੰ ਬਸ ਆਹ ਤੇ ਬੰਦੇ ਹੀ ਪੁੱਛ ਰਿਹਾ ਉਹ ਪਹਿਲਾਂ ਵੀ ਪੁੱਛਣ ਗਿਆ ਸੀ ਇੱਕ ਦਿਨ ਅੱਛਾ ਉਦੋਂ ਮਿਲੇ ਨਹੀਂ ਹੈਗੇ ਅੱਛਾ ਹਾਂ ਚੱਲ ਪਿੰਡ ਵਾਲੇ ਦਾ ਪੈਸੇ ਵੱਧ ਮੰਗਦੇ ਨੇ 1-2 ਮਹੀਨੇ ਵਾਸਤੇ ਕੋਈ ਬਈਆ ਬੂਈਆ ਰੱਖ ਲਓ ਉਹ ਤਾਂ ਮੈਂ ਤਾਂ ਪੈਜੂਗਾ ਸਸਤਾ ਪੈਜੂਗਾ ਕੀ ਹਾਂ ਮੈਂ ਕਿਹਾ ਬਸ ਮੈਨੂੰ ਅੱਜ ਕੱਲ੍ਹ 'ਚ ਗੱਲ ਬਾਣੀ ਜਾਣੀ ਆ ਹੋਰ ਹੋਰ ਇੰਨਾ ਵੀ ਕੀ ਹੁਣ ਸਾਰਾ ਦਿਨ ਲੱਟਾ ਪੀਂਗ ਹੋਈ ਜਾਂਦੇ ਹੋ ਮੈਂ ਤਾਂ ਕਹਿੰਦਾ ਤੁਸੀਂ ਘਰ ਵਾਸਤੇ ਵੀ ਮਾੜਾ ਮੋਟਾ ਪੋਚੇ ਪੁੱਛਾਂ ਵਾਲੀ ਲਾ ਲੈ ਦੁਪਹਿਰਾ ਕਰਦਾ ਜਿਹੜਾ ਭਈਆ ਮੈਨੂੰ ਪੁੱਛਿਆ ਨਾ ਮੈਂ ਉਹ ਆਹ ਬਾਬੇ ਕਰਦੇ ਲੈ ਕੇ ਨੇ ਦੱਸਿਆ ਸੀ ਅੱਛਾ ਉਹ ਪੋਚੇ ਪੁੱਛੇ ਸਾਰੇ ਲਾ ਦਿਆ ਕਰੂਗਾ ਸਾਰਾ ਕੰਮ ਘਰਦਾ ਕਰਦਿਆ ਕਰੂ ਚਾਹ ਰੋਟੀ ਟੋਕੋ ਖਾਇਆ ਕਰੂ 2 ਪਕਾਈਆਂ 2 ਖਾਈਆਂ ਹਾਂ ਉਹੀ ਕਹਿੰਦੇ ਹਾਂ ਹੋਰ ਕੋਈ ਹੋਰ ਸਾਰਾ ਦੁਪਹਿਰਾ 1-1.5 ਜ਼ਿਆਦਾ ਨਹੀਂ ਹੈ ਕੀ ਕਰਾਂ ਮੈਂ ਤਾਂ ਕੰਮ ਹੀ ਹੋਈ ਰਹਿਣੀ ਆ ਐ ਨਹੀਂ ਵੀ ਚੱਲ ਬੰਦਾ ਕੰਮ ਕਰਕੇ ਥੱਕ ਗਿਆ ਵੀ ਘੰਟਾ ਏਸੀ ਲਾ ਕੇ ਪੈ ਜੇ ਉੱਪਰੋਂ ਗਰਮੀ 'ਚ ਚੱਲ ਕੋਈ ਨਹੀਂ ਲੈ ਪੁੱਤ ਆ ਰੱਖ ਕੇ ਰਸੋਈ 'ਚ ਜਾ ਭਗ ਜਾ ਜਾ ਭਗ ਜਾ ਲੈ ਬਾਪੂ ਫਿਰ ਤੁਸੀਂ ਅੱਜ ਰਹਿ ਜਾਓ ਹੁਣ ਨਾ ਨਾ ਪੁੱਤ ਬਸ ਇਸ ਤਾਂ ਜਾਂਦੇ ਹਾਂ ਤਾਂ ਦਵਾਈ ਦਵੂਈ ਜੀ ਲੈਣ ਆਏ ਤੇ ਮਾਂ ਚੱਲ ਦਵਾਈ ਲੈ ਕੇ ਇੱਧਰ ਕੁੜੀ ਦਾ ਪਤਾ ਲੈ ਕੇ ਸਾਰਾ ਟੱਬਰ ਦਵਾਈਆਂ ਨੇ ਇੰਦਾ ਫਿਰਦਾ ਮੈਨੂੰ ਲੱਗਦਾ ਏਸੀ ਨੇ ਪਟਤਾ ਭਾਈ ਤੁਹਾਨੂੰ ਕਰਤਾ ਕੰਮ ਏਸੀ ਨੇ ਉਹ ਤਾਂ ਹੁਣ ਹੈਗੀ ਆ ਪੁੱਤ ਫਿਰ ਆਹ ਚੱਲ ਪੁੱਤ ਚੱਲੀਏ ਫਿਰ ਆਪਾਂ ਫੇ ਤੂੰ ਤਾਂ ਰਹਿ ਜਾ ਕੁਰਤਾ ਪੱਖਾ ਚੱਲਦਾ ਚੱਲਦਾ ਇੰਨੀ ਗਰਮੀ ਲੱਗੀ ਜਾਂਦੀ ਹੈ ਲੈ ਆਏ ਕਰ ਬਾਪੂ ਲੈ ਜਾ ਭਾਈ ਇਹਨਾਂ ਨੂੰ ਇਹ ਤਾਂ ਗਜਾ ਲੈ ਤੁਸੀਂ ਪੁੱਠੇ ਸੱਚੀ ਹੋਰ ਚੱਲ ਆ ਜਾ ਪੁੱਤ ਆ ਮੇਰੇ ਨਿਆਣੇ ਦੇਖ ਲੈ ਜਮਾਂ ਨਹੀਂ ਕੁਸਕਦੇ ਹੈਗੇ ਉਹਦਾ ਪੁੱਠੇ ਗਜਾਈ ਬੈਠਿਆ ਬਿਮਾਰੀਆਂ ਦਾ ਘਰ ਬਣਾ ਰੱਖਿਆ ਇੱਥੇ ਚੱਲ ਪੁੱਤ ਕੁਛ ਨਹੀਂ ਹੁੰਦਾ ਪੁੱਤ ਹੁਣ ਲੈ ਬਾਪੂ ਐਂ ਕਰੀ ਹੁਣ ਛੇਤੀ ਗੇੜਾ ਮਾਰ ਜੀ ਫਿਰ ਆ ਕੇ ਗਰਮੀ ਵਾਲੀ ਆ ਫਿਰ ਇਹ ਤਾਂ ਦੇਖ ਲਾ ਕਹਿੰਦਾ ਤੈਨੂੰ ਏਸੀ ਲਵਾ ਲੇ ਹੁਣ ਤੇਰੇ ਪਿਓ ਨੂੰ ਫਿਰ ਕਹਿਣਾ ਹੀ ਪੈਣਾ ਕਹਿੰਦੇ ਤੂੰ ਐਂ ਕਰੀ ਤੂੰ ਆਪਦੇ ਡੈਡੀ ਨੂੰ ਕਹਿ ਦੀ ਵੀ ਨਹੀਂ ਤਾਂ ਮੈਂ ਨਾਨਕੇ ਜਾਂਦਾ ਮੈਂ ਤਾਂ ਉੱਥੇ ਪੜੂੰਗਾ ਵੀ ਨਹੀਂ ਏਸੀ ਲਵਾ ਕੇ ਦੇ ਤੇਰੇ ਕਹਿਣ ਤੇ ਲਵਾ ਦੂੰ ਮਿੱਟ 'ਚ ਚੰਗਾ ਹੁਣ ਆਪਾਂ ਨੂੰ ਇਹ ਵੀ ਤਾਂ ਲਵਾਉਣਾ ਪੈਣਾ ਦੇਖ ਲਾ ਆਹ ਤੇਰੇ ਨਾਨਕੇ ਵੀ ਨਹੀਂ ਗਰਮੀ ਇੰਨੀ ਹੋ ਰਹੀ ਆ ਸਾਰੇ ਤਾਨੇ ਮੇਰੇ ਮਰੀ ਜਾਂਦੇ ਜਿਹੜਾ ਉਹ ਦੇਖੋ ਮੈਂ ਤੈਨੂੰ ਤਾਂ ਹੀ ਤਾਂ ਕਹਿੰਦੀ ਵੀ ਤੂੰ ਆਪਦੇ ਮਗਰ ਪੈ ਜੀ ਡੈਡੀ ਦੇ ਕਹਿ ਮੈਂ ਤਾਂ ਏਸੀ ਲਵਾ ਕੇ ਦੇ ਚੰਗਾ ਹੁਣ ਤੂੰ ਗੱਲ ਯਾਦ ਰੱਖੀ ਕਿਤੇ ਉੱਥੇ ਮੈਨੂੰ ਕਹੀ ਜਾਵੇਂ ਤੂੰ ਕਹਿ ਦੇ ਤੂੰ ਕਹਿ ਦੇ ਵਾਹ ਮੈਂ ਤਾਂ ਇੱਥੇ ਬਹਿ ਗਈ ਹਾਂ 10 ਮਿੰਟ ਜਾਏ ਖੜ ਤਪਾ ਮਾਰਿਆ ਹਾਏ 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 ਦੀਦੀ ਨਮਸਤੇ 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 ਮੇਰੀ ਪਟਤਾ ਹੂੰ ਹਾਂ ਚੱਲ ਜਾਂਦਾ ਹੈ ਪਛਾਣਿਆ ਨਹੀਂ ਮੈਂ ਤੈਨੂੰ ਕੋਈ ਅਰੇ ਮੈਂ ਬੀਬੀ ਜੀ ਰਾਮੂ ਹੈਗੀ ਅੱਛਾ ਕਿੱਥੋਂ ਆਇਆ ਮੈਂ ਬਿਹਾਰ ਸੇ ਆਇਆ ਹੂੰ
अरे बीवी जी हम तो घर साफ कर देते हैं, झाड़ू पोछा क्या चीज है। अच्छा अरे बीवी जी मैंने बोला था सभी काम जन अंग्रेजी बोलता मैं दूता हमें थोड़ी थोड़ी आती है। जो सरदार है ना उसका बेटा वो पढ़ता है बाहर जाने का कोर्स आईलैंड्स। अच्छा ले फिर तू बंदा काम तो पूरा है मैं बुला के आप सरदार जी को बुला कर लाइए। बुलाऊंगी एक मिनट रुक जा बस आ छूटता ही नहीं। ओए इधर ही बाहर ही मैं तू कहे मेरे बाहर भाग गया अब तेरा नाम हूँ आया और क्या मेरा हूँ ठीक है ठीक है ठीक है बढ़िया पानी पुनी फटाता रामू नू नहीं सरदार जी ले दिए थोड़ा सा ले लिया। सरदार जी वो आपने मुझे फोन किया था ना वाह मैं उन्होंने कहा सी हाँ नहीं भेजा तेन हाँ उन्होंने नहीं भेजा गा हाँ हाँ वो गल यार रामू है सी ये अपनी मेरे घर वाली या इनू सनी सुनी का औखा गुहा गा सट्टा का औखा मानती है ये कुछ खेत तेन पता होने एक मिनट सरदार पीला पीला पानी पीला चलो पहला मेरी गल सुन मुंडा सियाना लगता मैनू कोई ना मैं कर दंगा हाँ। सरदार जी कंटिन्यू अब बोलो बड़ी अंग्रेजी बोलता यार तू तो है सरदार जी अंग्रेजी तो हमें आती है चल चल बढ़िया गल वो तो ऐसे ही मख्या कुछ तो घर दे काम ने देख सन्नी सुन्नी रलाउनी गुहा का सड़दा करिए औखी होंगी कहीं मैं कहीं गुहा सट्टना नहीं। अरे इतनी अच्छी आपकी सर वाइफ है इसको ऐसे काम मत करने दिया करो हम है ना ओ कोई ना तो मैं इनू कहा मैनू ऐ लगता है काम घट करूगा निगाह वध मारूगा कोई ना कोई चक्कर तू ही कहनी है फिर रखना फिर मैं वापस भेज दिना नहीं 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 काम तो पूछ लाए बाकी उही है सन्नी रलाउनी है ना अच्छा ते गोहा गुहा सटना खेत का काम नहीं है क्या दाह दाह कपड़े कपड़े धो लेना वो तो हम अपने भी तो खुद ही धोते हैं ना वो तो सभी आता है धो दिया करी पोचा पच्चा ला लेना। अरे मैं आपका सब घर साफ कर दूंगा पोचा कर दीजिए ठीक है खेत ता बट्टे ही लिपने जीरी लाउनी है तीन चार महीने वास्ते रखना ठीक है जिन्ना टाइम जीरी का काम बढ़ता नहीं बाकी गाहां स्प्रे हां ही नहीं पता गाहां बढ़ा लांगे अपन वो तो अभी आपकी मर्जी है। 10 तू महीने का कितना लेगा फिर सरदार जी हम महीने का लेता है 10,000 रुपया 10 तो यार ज्यादा हो जो हिसाब ना तो 1,20,000 च पैसा साल च। अरे सरदार जी काम भी तो देखो ना कुत्तों जैसे तो काम करवाएंगे आप कभी पोचा लगा कभी झाड़ू लगा वो तो तेरी गल सही मैं रोबोट थोड़ी हूं क्या महीने तन्नु रख लेना पर 6 वास्ते तू सही सही कर ला फिर। अरे सही सही सरदार जी हम 10 ही लेगा हां यानी कि 60,000 हो गया 60 तो ज्यादा हो जाऊगा। अरे सरदार जी काम भी तो देखो कितना है ना हम अकेला औखा होएगा कैसे करेगा मेरी गल सुन अपन तो सारे टब्बर तो इतना काम नहीं होता वो बेचारा कल्ला करूगा रामू ने हां मैं तो मैं भी तेरे नाल माड़ा मोटा करा दे पानी आपका होगा सभी वो रोटी तो दे देंगे दे देंगे रोटी पानी का तू मेरी गल सुन वो तो नहीं खाता कुछ है माड़ा मोटा सामान नहीं वो हम नहीं खाते हैं खाता नहीं वे फिर तो ठीक है चंगा है कभी कभी पैग लगा लेते हैं हां लो चकला पैग का तो काम तो ओ हां मेरी गल सुन वे ये कुआं इथू आए थुकी जाना भाई इथे ओ पान पून जाता नहीं खांदा नहीं 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 हमारा आप मुंह देख लो ओ चल यार मैंने सुबह ब्रश किया है जे खाना आपदा बारे खा लिया रे घरे ना आया गंद जन पाई नहीं नहीं सरदार हम बुरा लगदा कोई रिश्तेदार आ जांदा सरदार साहब के छोटा सा पैग जरूर दे ले जा कोई ना खिखे दे नाल की है रौनक मेला जा लगया रु एदा भी लवा दिया करी चल चल लवा दिया करी सरदार जी मैं चलता हूं आप हमें सोच कर बता देना बस सोच ही लगा तू कल तो आ जी कोई चक्कर नहीं देगा सरदार ओके बा कल तो शाम ला लारे वाली गल ना होवे नहीं नहीं सरदार लारा नहीं होगा ठीक है मेरी गल सुन बे अंग्रेजी बोलन लग गए बस थोड़े चिर का काम केड़ी सोने की चिड़ी होनी है हूं तो भैया ने करता इथो सब साफ भजाते सारे अपने बिहार ही बन जाना उन्हें 5-6 साल चार बुढ़िया कठिया हो गए बंदे कठे आप जीरी ला दें कानू अपन इन्हें मिन्नत करनी पैना ऐतक ही दे ला 4,500 मांगते ने फिर मेरे तो पखी कठी हो जाती है आप पुठल चाके तो तुरन जाता मैं कितों खेत का काम कर लू पहला बखी कानू कठी हो काम करो वेलिया ने बीमारियां लगदियां मैं सारा दिन खेत च काम करदा मैनूं तां कोई बीमारी लगी नहीं
ਚਾਲਾਂ ਤਾਂ ਦੇਖ ਕਿੰਨੀਆਂ ਕਰਦੇ ਆ, ਕੰਮ ਤੋਂ ਬੜੇ ਡਰਦੇ ਨੇ। ਬਾਹਲੀ ਕੱਬੀ ਜਨਾਨੀ ਮਿਲੀ ਯਾਰ ਸੁੱਖੀ। ਸਾਰੇ ਪੈਸੇ ਜਿੰਨੇ ਕਬੀਲਦਾਰੀ ਚਲਾਉਣ ਨੂੰ ਰੱਖੇ ਸੀ, ਕਦੇ ਕੌਸਲ ਵਾਲਾ, ਪਹਿਲਾਂ ਇਨਵਰਟਰ ਤੋਂ ਨਹੀਂ ਹਟੀ ਏਸੀ, ਬੱਚਾ ਬੰਦਾ ਰੱਖਾ ਤਾ, ਸਾਰੇ ਪੈਸੇ ਖਰਾਬ ਕਰਤੇ। ਹਜੇ ਤਾਂ 600 ਯੂਨਿਟ ਫਰੀ ਆ, ਨਹੀਂ ਤਾਂ ਬਿੱਲ ਬਹੁਤ ਆਉਂਦਾ। ਦੇਖਾਂ ਕਿੰਨੀਆਂ ਕੁ ਮੱਚ ਗਈਆਂ, ਮਹੀਨਾ ਹੋ ਗਿਆ ਦੇਖ ਕੇ ਗਏ ਨੂੰ। 13,610, 13,210 ਤੇ ਯੂਨਿਟਾਂ ਦੇ ਯਾਰ 400 ਤੋਂ ਉੱਤੇ ਹੋ ਗਈ। ਤਰੀਕ ਹੋ ਗਈ ਅੱਜ 15, ਪਿਛਲੀ 15 ਨੂੰ ਦੇਖ ਕੇ ਗਿਆ ਸੀ। ਤੇਰ ਮਹੀਨੇ 'ਚ 400 ਯੂਨਿਟ ਮੱਚ ਗਈ, 400 ਤੋਂ ਵੀ ਉੱਤੇ ਹੋਈਆਂ ਖੜੀਆਂ। ਐਂ ਤਾਂ ਨਹੀਂ ਕੰਮ ਚੱਲਣਾ, ਏ ਸੀ ਇਹਨੂੰ ਕਹਿ ਕੇ ਬੰਦ ਕਰਾਉਣਾ ਪਊ। 400 ਯੂਨਿਟ ਮਹੀਨੇ 'ਚ, 800-900 ਯੂਨਿਟ ਮੱਚੂ, ਇਸ ਹਿਸਾਬ ਨਾਲ ਬੇਲੀ 7,000 ਆਊ। ਇਹ ਤਾਂ ਜਮੀ ਪੱਟ ਦੂਗੀ ਘਰ ਨੂੰ। ਹੁਣ ਹੀ ਕਹਿਣਾ ਇਹਨੂੰ ਜਾ ਕੇ ਵੀ ਆਪਦਾ ਪੱਖੇ ਲਾ ਕੇ ਪੈ ਜਾ ਕਰ, ਬਣੀ ਆ ਏ ਸੀ ਦੇ ਤਾਂ ਬਰਬਾਦ ਕਰ ਦੂ। ਕਲੜੇ ਧੋ ਕੇ ਪਾਈ ਦੇਣਾ, ਉਹ ਮਾੜੀ ਮੋਟੀ ਘੱਟ ਬਿਜਲੀ ਫੂਕ ਲਿਆ ਕਰ, ਹੁਣ ਕੱਪੜੇ ਧੋਣ ਲੱਗ ਗਈ। ਕਿਉਂ ਕੀ ਹੋ ਗਿਆ? ਆ ਮੀਟਰ ਦੇਖਿਆ, 400 ਯੂਨਿਟ ਤੋਂ ਟਪਾਤੀ ਮਹੀਨੇ ਚ। ਵੇ ਚੱਲ ਐਵੇਂ ਨਾ ਝੂਠ ਬੋਲ, ਆਪਣੇ ਇਹ ਜਾ ਕੀ ਚੱਲਦਾ ਜਿਹੜਾ 400 ਲੱਗ ਗਈ? ਉਹ ਏਸੀ ਨਹੀਂ ਤਰ੍ਹਾਂ ਚੱਲਦਾ, ਉਹੀ ਖਾਂਦਾ ਸਾਰੀਆਂ, ਪਤਾ ਕਿੰਨੇ ਯੂਨਿਟਾਂ ਖਾਂਦਾ, 15 ਚੱਕਿਆਂ ਦਾ ਰਾਤ ਦਾ। ਇੱਕ ਤਾਂ ਜੈਖਣ ਦੀ ਕੋਈ ਚੀਜ਼ ਲਵਾਤਾ ਲੈ, ਤੇਰਾ ਏਸੀ ਤਾਂ ਹੁਣ ਮੈਂ ਏਸੀ ਚ ਕੱਲੀ ਸੌਂਦੀ ਆ, ਸਾਰਾ ਟੱਬਰ ਹੀ ਸੌਂਦਾ। ਓਏ ਉਹਨੂੰ 24-25 ਤੇ ਰੱਖ ਲਿਆ ਕਰ, ਉਹ ਤਾਂ ਕਹਿੰਦੇ ਮੈਨੂੰ ਗਰਮੀ ਆਉਂਦੀ ਆ, ਗਰਮੀ 16 ਤੇ ਲਾ ਕੇ ਪੈਂਦੀ ਆ, ਪਹਿਲਾਂ ਪੱਖੇ ਕੂਲਰਾਂ ਨਹੀਂ ਸਾਰੀ ਜਾਂਦੀ ਸੀ, ਮਾੜੀ ਮੋਟੀ ਸ਼ਰਮ ਮੰਨ ਲੈ ਕਰ। ਇੱਕ ਮਿੰਟ ਮੇਰੀ ਗੱਲ ਸੁਣ ਲਾ, ਏਸੀ ਚਲਾ ਲਿਆ ਤਾਂ ਕੀ ਹੋ ਗਿਆ, ਇਹਦਾ ਕਿਹੜਾ ਬਿੱਲ ਆਉਣਾ ਹੈ? ਓਏ 600 ਯੂਨਿਟ ਤਾਂ ਨਹੀਂ ਬਿੱਲ ਆਉਣਾ, ਉੱਤੇ ਤਾਂ ਬਿੱਲ ਆਊਗਾ ਜੇ ਇੱਕ ਵੀ ਯੂਨਿਟ ਉੱਤੇ ਹੋਊਗੀ। ਜਿਹੜੇ ਹਿਸਾਬ ਨਾਲ 400 ਯੂਨਿਟ ਹੋਊਗੀ, ਯੂਨਿਟ 1,000 ਜਾਊ, 7,000-8,000 ਬਿੱਲ ਆਊਗਾ। ਆਏ ਕਿਵੇਂ 7,000-8,000 ਆਜੂ? ਤੇਰਾ ਦਿਮਾਗ ਘੱਟ ਚੱਲਦਾ, ਮੇਰਾ ਥੋੜ੍ਹੀ ਘੱਟ ਚੱਲਦਾ, ਫਿਰ ਕੁੰਡੀ ਲਾ ਲਾਂਗੇ ਕੁੰਡੀ। ਕਿਉਂ ਮਰਨਾ ਕੁੰਡੀ ਲਾ ਕੇ, ਜੇ ਫਲਾਏਗਾ ਗੀ 3,00,000 ਪਾਉਂਦਿਆ। ਓ ਹੋਵੇ ਹੁਣ ਫਲੇ, ਉਹੀ ਗੱਲ ਫੇਰ ਕਹੇਗਾ ਬੋਦੇ, ਹੁਣ ਫਲਾਇੰਗ ਨੇ ਇੱਥੇ ਦੱਸ ਕੇ ਬਣੇਵੇਂ ਲੈਣ ਆਉਣਾ, ਵੀ ਬਿੱਲ ਤਾਂ ਕਿਸੇ ਦਾ ਆਉਂਦਾ ਨਹੀਂ, ਤੇ ਆਪਾਂ ਲਾ ਲਾਂਗੇ ਕੁੰਡੀ, ਕੁਛ ਨਹੀਂ ਕਿਸੇ ਨੂੰ ਪਤਾ ਲੱਗਦਾ, ਚਾਹੇ ਦਿਨ ਪੋ ਰਾਤ ਏਸੀ ਚਲਾਇਓ। ਓਏ ਲੋਡ ਦੇ ਹਿਸਾਬ ਨਾਲ ਪਾਉਂਦੇ ਨੇ, ਹੁਣ ਰੁਪਈਆ 4,00,000 ਪਾਉਣਗੇ, ਉਹ ਤਾਂ ਲੋਡ ਕਿੰਨਾ ਭਰਿਆ ਏਸੀ ਲਵਾਉਣ ਕਰਕੇ। ਡਰਦਾ ਵਾਲਾ ਸਾਰੇ ਦਿਹਾੜੀ ਡਰਦਾ, ਸੱਚੀ ਬੇ ਮਾੜਾ ਜਿਹਾ ਤਾਂ ਜੇਰਾ ਰੱਖਿਆ ਕਰ, ਕੁਛ ਨਹੀਂ ਹੁੰਦਾ। ਮੈਂ ਰਾਮੂ ਨੂੰ ਕਹਿ ਕੇ ਨਾ ਪਵਾ ਕੇ ਤਾਰ ਏਸੀ ਉਹ ਕਰ ਦੂੰਗੀ। ਸਾਰ ਦੀ ਕੁੰਡੀ ਲਾਏਗੀ? ਕੁੰਡੀ ਲਾਵਾਂਗੇ, ਤੂੰ ਆਏ ਕਰ, ਤਾਰ ਲਿਆ ਦੇ, ਇਹ ਜ਼ਿੰਮੇਵਾਰੀ ਮੇਰੀ ਹੈ। ਮੈਂ ਕੁਛ ਨਹੀਂ ਲਿਆ ਕਹਿੰਦੇ, ਰਾਮੂ ਤੋਂ ਮਗਾਈ ਨਾ ਮਗਾਈ, ਤੇਰੀ ਜ਼ਿੰਮੇਵਾਰੀ। ਇੱਕ ਗੱਲ ਸੁਣ ਲਾ, ਚੱਲ ਫਿਰ ਪੈਸੇ ਦੇ ਦੇ, ਮੈਂ ਤਾਰ ਨਹੀਂ ਪੈਣਗੀਆਂ ਤੇਰੇ ਗੱਤਲੇ 'ਚ। ਜੇ ਫਲਾਇੰਗ ਆ ਗਈ, ਕੋਈ ਜੁਰਮਾਨਾ ਪੈ ਗਿਆ ਆਪਦੇ ਪੇਕਿਆਂ ਤੋਂ ਲਈ ਆਪਦੀਆਂ ਟੂਮਾਂ ਵੇਚੀ, ਮੈਂ ਰੁਪਈਆ ਨਹੀਂ ਦੇਣਾ, ਸਮਝ ਆ ਗਈ? ਆਹੋ, ਆ ਤੇਰੇ ਇੱਕ ਚੁੱਕੜੇ ਸੀ ਪਿੱਛੇ ਮੈਂ ਟੂਮਾਂ ਵੇਚਦਾ ਹੈ, ਆਪਦੇ ਪੇਕਿਆਂ ਦੇ ਮੂਹਰੇ ਮੈਂ ਮੰਗਤੀ ਬਣ ਜਾ, ਬਥੇਰਾ ਮੇਰੇ ਪੇਕਿਆਂ ਨੇ ਦਿੱਤਾ, ਤੂੰ ਪੈਸੇ ਕੱਢ, ਮੈਂ ਤਾਰ ਮੰਗਾ ਲੂ ਰਾਮੂ ਤੋਂ। ਕੋਈ ਨਾ, ਧਾਰ ਚੱਲਦਾ ਆਪਾਂ ਦੁਕਾਨ ਨਾਲ ਨਾ, ਲੈ ਆਈ। ਚੱਲ ਕੋਈ ਨਹੀਂ, ਤੂੰ ਮੈਂ ਫਿਕਰ ਨਾ ਕਰ, ਬਥੇਰੀਆਂ ਕੁੰਡੀਆਂ ਲੱਗ ਜਿੰਮੇ ਬਰੀ ਤੇਰੀ ਆ, ਮੈਂ ਤੇਰੀ ਤਾਂ ਉਹਨਾਂ 'ਚ ਸਿੱਟੂਗਾ 4, ਜੇ ਕੁੰਡੀ ਫੜ ਲਈ ਪੈਸੇ ਤੇ ਤੁਰ ਰਹੇ। ਪਹਿਲਾਂ ਕੋਟੀ ਲਾ ਆਪਾਂ ਕੁੰਡੀ ਫੇਰ ਹੀ ਲਾ ਲਾਂਗੇ। ਆਪਦੀ ਜ਼ਿੰਮੇਵਾਰੀ ਤੇ ਲਾਈ, ਮੇਰੀ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਫੜੀ ਗਈ, ਸਮਝ ਆ ਗਈ? ਫੜੀ ਗਈ ਨਾਲੇ, ਹੋਰ ਫੜੀ ਗਈ, ਉਹੀ ਮੇਰੇ ਸਿਰ ਤੇ ਬੋਲਣ ਲੱਗ ਜਾਣਾ ਤੂੰ, ਹੋਰ ਤਾਂ ਕੋਈ ਕੰਮ ਹੈ ਨਹੀਂ ਤੇਰੇ। ਕਹਿੰਦੇ 600 ਯੂਨਿਟ ਫਰੀ ਆ, ਲਾਉਣੇ ਏਸੀ 600 ਯੂਨਿਟ ਤਾਂ ਹੁਣ ਮਹੀਨੇ 'ਚ ਖਾ ਜੂਗਾ ਇਹ, ਉਦੋਂ ਦਾ ਬਿੱਲ ਦੱਸ ਕੌਣ ਭਰੂਗਾ। ਸ਼ਰਮੀ ਲਾਹੀ ਆ, ਰੋਜ਼ ਹੀ ਨਵੇਂ ਪਖੰਡ, ਕਹਿੰਦੀ 16 ਤੋਂ ਬਿਨਾਂ ਮੇਰਾ ਏਸੀ ਨਹੀਂ ਸਰਦਾ। ਜਾਏ ਖਾਣਦਾ ਕੋਈ ਚਟਣੀ ਬਿਨਾਂ ਰੋਟੀ ਨਹੀਂ ਖਾਂਦਾ ਲੈ। ਰਾਮੂ ਨਿਬੜ ਗਿਆ ਸਾਰਾ ਕੰਮ? ਹਾਂ ਬੀਬੀ ਜੀ, ਪੱਖੇ ਵੀ ਸੁੱਟੇ ਹੈਗੇ, ਵਾਜ਼ ਵੀ ਨਵਾ ਦਿੱਤੀ ਹੈਗੀ, ਹਾਂ ਤੇ ਗੋਹਾ ਵੀ ਸੁੱਟ ਦਿੱਤੀ ਹੈਗੀ। ਲੈ ਪਰ ਤੂੰ ਤਾਂ ਪੂਰਾ ਜਾਏ ਖਾਣਦਾ, ਜਿਵੇਂ ਤੁਹਾਡੀ ਯੂਪੀ ਵਾਲੀ ਰੇਲ ਗੱਡੀ ਚੱਲਦੀ ਹੁੰਦੀ, ਐਂ ਚੱਲਦਾ ਤੂੰ ਤਾਂ ਸਾਰਾ ਕੰਮ ਨਵੇੜਿਆ ਆ। ਬੀਬੀ ਜੀ ਆਪਕੋ ਪਤਾ ਨਹੀਂ, ਯੇ ਸੁਪਰ ਫਾਸਟ ਇੰਜਨ ਹੈ। ਅੱਛਾ, ਵੇ ਮੇਰੀ ਗੱਲ ਸੁਣ ਰਿਹਾ? ਹਾਂ ਜੀ, ਥੱਲੇ ਬੈਠ, ਮੈਨੂੰ ਐਂ ਦੱਸ ਤੂੰ ਮੂੰਹ ਜਾ ਕਾ ਤੋਂ ਕੋਈ ਜਾਣਾ ਹੈ? ਅਰੇ ਮੂੰਹ ਤਾਂ ਉਹ ਗਰਮੀ ਹੈ ਨਾ, ਕਾਲਾ ਪੜ ਜਾਏਗਾ। ਜਾਏ ਖਾਣ ਦੇ ਸਲਮਾਨ ਖਾਣਾ ਤੂੰ ਲੱਗਦਾ ਗਰਮੀ ਦਾ, ਜਾਂ ਤੂੰ ਮੈਨੂੰ ਐਂ ਦੱਸ ਵੀ ਤੈਨੂੰ ਨਾ ਉਹ ਕੁੰਡੀ ਲਾਉਣੀ ਆਉਂਦੀ ਹੈ? ਕੁੰਡੀ? ਅਰੇ ਬੀਬੀ ਜੀ, ਕੁੰਡੀ ਤਾਂ ਹਮਨੇ 3 ਸਾਲ ਪਹਿਲੇ ਲਗਾਈ ਥੀ, ਉਸਕੀ ਚਾਦੀ ਹੋ ਗਈ, ਅਬ ਬਤਾਓ ਮੈਂ, ਮੁਝੇ ਛੋੜ ਕੇ ਚਲੀ ਗਈ। ਬੇ ਪਰ ਆ ਮਰ ਤਫਾ ਹੋਣਿਆ, ਬੇ ਮੈਂ ਤੈਨੂੰ ਆਸ਼ਕੀ ਵਾਲੀ ਕੁੰਡੀ ਦੀ ਗੱਲ ਨਹੀਂ ਕਰਦੀ, ਬੇ ਮੈਂ ਤੈਨੂੰ ਬਿਜਲੀ ਵਾਲੀ ਕੁੰਡੀ, ਉਹ ਜਿਹੜੀ ਤਾਰਾਂ ਤੇ ਪਾਉਂਦੇ ਹੁੰਦੇ ਨੇ, ਆਏ ਆਏ। ਅੱਛਾ ਵੋ, ਹਾਂ ਤੂੰ ਕਿੱਧਰ ਤੁਰਿਆ ਫਿਰਦਾ ਦੱਸੇ ਮੈਨੂੰ? ਅਰੇ ਮੁਝੇ ਮੇਰੀ ਮਹਿਬੂਬਾ ਯਾਦ ਆ ਗਈ। ਲੱਗਦਾ ਮਹਿਬੂਬਾ ਦਾ ਜਾਏ ਖੜਦੇ ਪੰਜਾਬ ਚ ਰਹਿ ਕੇ ਤੁਹਾਨੂੰ ਮਹਿਬੂਬਾ ਦਾ ਪਤਾ ਲੱਗਣ ਲੱਗ ਗਿਆ।
अरे बीबी जी वो कुंडी है ना, वो हम मुझे उस पिछले सरदार ने सिखाया था कि हाँ? कुंडी ना, इसको भी कुंडी बोलते हैं आजकल। अच्छा लदास आए जा तेरा सरदार भाई, आए आए लेस करता है ना वो उसका छोकरा। बे छड़ दे ओदे छोकरे दी गल, तू मेनू ऐ दस वी जे तन्नू तार मगा के दे मैं तू ला देगा। अरे बीबी जी क्या बोल, कुंडी अरे मुझे तो ना बिहार में भी मैंने तो कुंडी लगानी शुरू कर दी थी जब मैं पंजाब से छुट्टी गया था उधर। अच्छा छुट्टी नो बड़ा जाए खंडा तो सरकारी लगा। हाँ भाई पर थोड़े लिए तो सरकारी होगा ना बात आने हैं। हमारे इधर कनाडा है, हाँ। आप बौड़े लोग उधर जाते हैं। बौड़े क्यों क्या, बौड़े क्यों क्या था सरदार ने जी आपको नहीं कहा? हाँ। वो तो वो उनको मेरी गल जोड़ा कोट ना मार्केट टू इपान दूजा दोबारा बोले वाली गल कर। मैं काम भी छोड़कर चला जाऊंगा। चल चल तू मेरी गल सुन। हां आएगा तैनू मैं पैसे देनी हां। तू तार लिया ते कुंडी ला दे। दे मेरी गल सुन, जिथे तू सोना ना ओथे भी मैं तो पाइप जी पवा दूं मोरा कट के एसी वाली आए, तेरा कमरा भी ठंडा रहया करू। अरे बीबी जी तो फिर आप पैसे दो ना। चल चल मैं तैनू पैसे देनी आ जा। एहू तो मैं फेर कर लेना। हां फेर करती आ जा। ए चल आ जा, मैं भी एसी में सोएगा ना। पे एसी चल तू आ जा, तू होर ही कुछ भौंकी जाना, तेरा पता ही ना दा की बोलदा। चल आ जा आ जाओ आ जाओ सुखदेव सिंह आ जाओ। ए करो मुंडे दो जने का वह घर च बड़ो, दो जने वह घर च बड़ो, 600 यूनिट फ्री है सरकार वालों। ये लोग फिर भी नहीं हटते चोरी कर लो, शर्म ला रखी है लोगों ने। आ जोड़ जे के मैंने देखो अंदर। आ जोड़ चेक कर मिठू सिंह, ए कर आ कर मर जा तू। जसी तू भी मर नाल हो, देख ना जमी शर्म ला रखी है लोगों ने यार। 600 यूनिट फ्री है, हजे भी एसी लाने नहीं हटते, फिर कहना सानू बिल जीरो नहीं आया। आ जाओ आ जाओ पाल सिंह, क्या आज आ जाओ इधर लगता मैं गड़बड़ जी। इतने देखो यार जोड़ जे खासे ने। सुखदेव सिंह इतने चेक कर तू, जा अंदर देख के। वो भी आ जाओ आ जाओ आ जाओ। मिठू सिंह और खिचा और लकड़ी है, फटे फटे फटे। सुखदेव सिंह देखो देखो लो जी केड़े माल किस घर का, आओ इधर आओ। आ जमी शर्म ला रखी है तुम, बिल लिया कितने तेरा बिल की हो गया साहब जी? आ कुंडी ओ जई साहब ये तो अज ही लाई सी, यदा बुढ़िया जी हट दिया नहीं। नौ लिख यार सुखदेव सिंह, नौ लिखे दा नौ लिख की नौ है। तार कट्ठी कर बे, तार कट्ठी कर, नौ लिखे दा। हां की नौ भाई ओ तुसी पहला बिल लिया तू, पुराना बिल लिया। बिल तो जी किड़ा हुण बिल आउंदा, जीरो बिल आउंदागा सामने ही नहीं कदे। रसीद पे हो लिया तुसी कोई पुरानी रसीद हो? नहीं कुछ नहीं सामने बुढ़िया ही सारी फड़ भाई रूड़ी ते मार दिया सारा कुछ ना। थोड़ा 600 यूनिट नाल नहीं टट भरदा खर्चा पाओ जुर्माना, 50 ना गुणा कर लो 200 ਨੂੰ ਕਿੰਨੇ ਲੱਖ ਬਣ ਗਿਆ ਰਸੀਦ? ਆ ਮੈਂ ਕੱਟਦਾ ਜੀ ਰਸੀਦ ਦੇ ਦਿਓ ਕੱਟ ਕੇ ਤੁਸੀਂ। ਐ ਨਹੀਂ ਗੱਲ ਬਣਦੀ, ਤੁਸੀਂ ਜੇ ਏਸੀ ਲਾਉਣਾ ਫਿਰ ਤੁਹਾਨੂੰ ਗੌਰਮੈਂਟ ਦਾ ਬਿੱਲ ਤਾਂ ਭਰਨਾ ਪਊਗਾ। ਉਹ ਸਾਹਿਬ ਜੀ ਤੁਸੀਂ ਦੱਸੋ ਕਿੰਨੇ ਪੈਸੇ ਚਾਹੀਦੇ ਲੈ ਦੇ ਕਿੰਨੇ ਵੇੜ ਕਾਹਨੂੰ ਅਸੀਂ ਭੁਗਤ ਦੇ ਫਿਰ। ਗੱਲ ਸੁਣ ਕਾਕਾ, ਜ਼ਿਆਦੇ ਨਾ ਸਿਆਣਾ ਬਣ, ਤੂੰ ਸਾਨੂੰ ਰਿਸ਼ਵਤ ਦੇ ਕੇ ਸਾਨੂੰ ਇਹੋ ਕਰਨਾ ਚਾਹੁੰਦਾ? ਉਹ ਹੜਦੀਆਂ ਨਹੀਂ ਬੁੜੀਆਂ, ਮੈਂ ਤਾਂ ਬਹੁਤ ਕਿਹਾ ਸੀ ਕੱਟੋ ਬਸ। ਲੈ ਜੀ ਸਾਹਿਬ ਸਾਈਨ ਕਰੋ, ਇੱਥੇ 2 ਲੱਖ ਰੁਪਏ ਬਣ ਗਿਆ ਜੁਰਮਾਨਾ, ਠੀਕ ਹੈ। 8 ਦਿਨਾਂ ਦੇ ਅੰਦਰ ਅੰਦਰ ਭਰ ਦਿਓ, ਨਹੀਂ ਅਸੀਂ ਮੀਟਰ ਪੱਟ ਕੇ ਲੈ ਜਾਵਾਂਗੇ, ਜਿਹੜੀ ਸਜ਼ਾ ਹੋਊ ਉਹ ਗਵਰਨਮੈਂਟ ਨੇ ਦੇਣੀ ਹੈ। ਉਹ ਸਾਹਿਬ ਜੀ ਇੰਨਾ 2 ਲੱਖ ਕਿੱਥੋਂ ਭਰਾਂਗੇ, ਗਰੀਬ ਬੰਦੇ ਆ ਅਸੀਂ ਯਾਰ। ਫਿਰ ਤੁਸੀਂ ਉਦੋਂ ਦੇਖਣਾ ਦੀ ਏਸੀ ਲਾਉਣ ਵੇਲੇ ਤੇ ਉਦੋਂ ਕਿਹਾ ਕਰੋ ਘਰੇ ਉਹ ਲੈ ਦੇ ਕੇ ਮੇੜ। ਨਾ ਨਾ ਲੈ ਦੇ ਕੇ ਵਾਲੇ ਨਹੀਂ ਹੈਗੇ ਅਸੀਂ, 40-50 ਹਜ਼ਾਰ ਰੁਪਏ ਲੈ ਲਓ, ਕਾਹਨੂੰ ਇੰਨਾ ਅਸੀਂ ਕਿੱਥੋਂ ਭਰਾਂਗੇ ਯਾਰ। ਗੱਲ ਸੁਣ ਮੇਰੀ, ਗ੍ਰੈਡ 'ਚ ਜਾਓ ਉੱਥੇ ਗੱਲਬਾਤ ਕਰੋ, ਜਦੋਂ ਕੁੰਡੀ ਲਾਉਂਦੇ ਉਸ ਨੂੰ ਵੀ ਪਤਾ, ਜਵਾਕਾਂ ਨੂੰ ਸਮਝਾਓ ਲਾ ਕੇ ਕੁੰਡੀ ਮੋਨਾ ਪਏ ਰਹਿਣਾ ਸਾਰਾ ਦੁਪਹਿਰਾ ਸਾਰਾ ਵੀ 600 ਯੂਨਿਟ ਫਰੀ ਹੈ, ਤੁਸੀਂ ਫਿਰ ਬਿੱਲ ਤਾਂ ਭਰੋ ਜੇ ਏਸੀ ਲਾਉਣਾ ਹੈ। ਬੁੜੀਆਂ ਨਹੀਂ ਮੰਨਦੀ, ਮੈਂ ਤਾਂ ਕਹੀ ਨਾ ਲਓ ਪੱਖੇ ਲਾ ਕੇ ਵਾ ਪੇਕਿਆਂ ਮਗਰ ਲਾ ਕੇ ਇਹਨੇ ਪਹਿਲਾਂ ਏਸੀ ਲਵਾਇਆ। ਦੇਖ ਕਾਕਾ ਕੰਮ ਤਾਂ ਇੱਕੋ ਹੀ ਹੋਊ, ਨਾਲੇ ਚੋਪੜੀਆਂ ਨਾਲੇ ਦੋ ਦੋ। ਸੋਮਵਾਰ ਨੂੰ ਗ੍ਰੈਡ 'ਤੇ ਆ ਜਾਓ ਬਸ। ਹਾਂ ਚਲੋ ਚਲੋ ਮਿੱਠੂ ਸਿੰਘ ਚਲੋ ਚਲੋ ਵੀ ਪਾਲਸੀ ਚਲੋ 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 ਤਾਰ ਕੱਠੀ ਕਰੋ ਅੱਗੇ ਦੇਖੋ ਅੱਗੇ, ਜਮੀ ਸ਼ਰਮ ਲਾ ਰੱਖੀ ਆ ਲੋਕਾਂ ਨੇ ਇਹਨਾਂ ਨੇ। ਇਹਦਾ ਬੇੜਾ ਬਹਿ ਗਿਆ ਕੁੱਤੀ ਦਾ, ਹੁਣ ਆਉਂਦੇ ਇਹਨੂੰ ਘਰੋਂ ਘਰੋਂ ਕੱਢਦਾ ਇਹਨੂੰ, ਚਾਹੇ ਤਿੱਖੜ ਦੁਪਹਿਰੇ ਸਹੀ ਨਿਬੜ ਗਿਆ ਕੰਮ ਸਾਰਾ। ਹੁਣ ਤੂੰ ਕੀ ਵੇਖੀ ਨੇ ਨਾ ਪਰਚੀ ਜੀ ਨੂੰ, ਉਹ ਤੇਰਾ ਕੁੱਤੀ ਦਾ ਬੇੜਾ ਗਰਕ ਹੋ ਗਿਆ। ਬੇ ਜਵਾਨ ਸੰਭਾਲ ਕੇ ਬੋਲ ਪਹਿਲਾਂ ਤਾਂ, ਹੈਂ ਘਰ ਵਾਲੀ ਆ ਤੇਰੀ ਮੈਂ। ਓਏ ਆਹ ਦੇਖ ਲੈ, ਤੁਹਾਡੇ ਪ੍ਰਾਹੁਣੇ ਕੱਟ ਕੇ 2 ਲੱਖ ਦੀ ਪਰਚੀ ਹਟੀ ਨੇ ਉਹ ਕੁੰਡੀ ਲਾਉਣੋਂ। ਲੈ
ਐਵੇਂ ਨਾ ਮੈਨੂੰ ਕਹੋ ਦਿਖਾਈ ਚੱਲ ਆ ਪਰਚੀਆਂ ਆ ਪਤਾ ਮੈਨੂੰ ਏਸੀ ਵਾਲੀ ਹੋਣੀ ਆ ਇਹ ਉਹ ਏਸੀ ਵਾਲੀ ਕਾਨੂੰ ਆ ਤੁਹਾਡੇ ਪ੍ਰਾਹੁਣੇ ਆਏ ਸੀ ਆਹ ਦੇ ਕੁੰਡੀ ਫੜ ਕੇ ਲੈ ਗਏ ਜਿਹੜੀ ਲਾਈ ਸੀ ਕਿੱਥੇ ਤੇਰੀ ਕੁੰਡੀ ਮੈਂ ਤਾਂ ਸੋਚੀ ਜੀ ਵੀ ਪੱਟ ਗਏ ਕਿਉਂ ਪੱਟਣੀ ਨਹੀਂ ਹੈਗੀ ਤੂੰ ਕੀ ਕਰਦਾ ਸੀ ਦੱਸੇ ਮੈਨੂੰ ਮੈਂ ਤਾਂ ਅੰਦਰ ਪਿਆ ਸੀ ਤੂੰ ਕਿੱਧਰ ਗਈ ਸੀ ਬੇ ਤੂੰ ਇਹੋ ਜੀ ਕਿਹੜੀ ਨੀਂਦ ਸੌ ਗਿਆ ਮਿਰਜ਼ਾ ਸਾਹਿਬਾ ਵਾਲੀ ਤੈਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਵੀ ਬਾਹਰ ਪ੍ਰਾਹੁਣੇ ਤੁਰੇ ਫਿਰਦੇ ਨੇ ਉਹ 7 ਤਾਂ ਵੱਜੇ ਨੂੰ ਤੂੰ ਕਿੱਥੇ ਸੀ ਜਦੋਂ ਕੁੰਡੀ ਆਇਆ ਮੈਂ ਤਾਂ ਬਾੜੇ ਚੋਂ ਆਈਆਂ ਮੈਂ ਤਾਂ ਬਾੜੇ ਚੋਂ ਆਈਆਂ ਦੇਖ ਲੈ ਹੁਣ ਹੁਣ ਉੱਥੀ ਪਾਥੀਆਂ ਪੱਥ ਲੈ ਕੁੰਡੀ ਤਾਂ ਲਾ ਹਿੰਦੀ ਘੱਟੋ ਘੱਟ ਤੈਨੂੰ ਪਤਾ ਐਡਾ ਸੂਰਜ ਚੜਿਆ ਪਿਆ ਮੈਂ ਤਾਂ ਤੇਰੇ ਸਿਰ ਤੇ ਛੱਡ ਗਈ ਸਾਰਾ ਕੁਝ ਮੈਂ ਕਿਹਾ ਤੂੰ ਹੈਗਾ ਇੱਥੇ ਉਹ ਤੇਰੇ ਪਤੰਦਰ ਹੁਣ 2 ਲੱਖ ਦੀ ਕੱਟ ਗਏ 2 ਲੱਖ ਦੀ ਕਿੱਥੋਂ ਭਰੇਗੀ ਕਿਉਂ ਤੂੰ ਟੂਮਾ ਵੇਚ ਕੇ ਭਰ ਮੈਂ ਕਿਉਂ ਭਰਾਂ ਲੈ ਆਖੇ ਮੈਂ ਟੂਮਾ ਭਰਾਂ ਮੇਰੇ ਪੇਕਿਆਂ ਨੇ ਪਾਈਆਂ ਵੇ ਤੇਰਿਆਂ ਨੇ ਤਾਂ ਇੱਕ ਛਾਂਪ ਮਸਾਂ ਪਾਈ ਉਹ ਵੀ ਕਸ ਕੇ ਟੁੱਟ ਗਈ ਸਭ ਕੁਝ ਤੂੰ ਕਰਾਉਣੀ ਆ ਆ ਕੋਠੀ ਕਿਨੇ ਪੁਆਈ ਤੂੰ ਪੁਆਈ ਆ ਨਾ ਤਾਂ ਫੇਰ ਕੀ ਹੋ ਗਿਆ ਅਨਮੈਟਰ ਕਿਨੇ ਲਵਾਇਆ ਪੇਕਿਆਂ ਮਗਰ ਲੱਗ ਕੇ ਵੇ ਪੇਕਿਆਂ ਮਗਰ ਕਾਹਨੂੰ ਲਵਾਇਆ ਲੱਗ ਕੇ ਮੈਂ ਇਹ ਜਲ ਘਰ ਦੀ ਚੀਜ਼ ਬਣ ਜੂਗੀ ਬਣ ਗਈ ਫਿਰ ਆ ਏਸੀ ਤੂੰ ਲਵਾਇਆ ਕੁੰਡੀ ਤੂੰ ਲਾਉਣੀ ਆ ਵੇ ਏਸੀ ਵੀ ਤਾਂ ਹੀ ਲਵਾਇਆ ਵੇ ਐਡਾ ਕੋਠਾ ਪਾਇ ਦਾ ਫਾਇਦਾ ਕੀ ਹੋਇਆ ਵੇ ਜਿੰਨਾ ਚਿਰ ਘਰ 'ਚ ਸ਼ਿਮਲਾ ਨਾ ਬਣੇ ਹੁਣ ਬਣਾ ਲਿਆ ਸ਼ਿਮਲਾ ਆਹ ਕੱਟ ਕੇ 2 ਲੱਖ ਦਾ ਪਰਚਾ ਹੁਣ ਭਰ ਆਹ ਤੇਰੇ ਟੂਮਾ ਜੇ ਬੈਠ ਨਹੀਂ ਤੇਰੇ ਪੈਣਗੇ 76 ਜਿੰਨੇ ਤੇਰੇ ਗਹਿਣੇ ਕੱਟਿਆ ਸਾਰੇ ਹਾਰ ਹੋਰ ਇਕੱਠੇ ਕਰ ਲਾ ਸੁਨਿਆਰ ਦੇ ਲਿਆ ਕੇ 2 ਲੱਖ ਰੁਪਏ ਇਕੱਠਾ ਕਰਕੇ ਫੇਰ ਭਰ ਕੇ ਆਉਣਾ ਬੂ ਮੇਰੇ ਕੋਲ ਤਾਂ 5 ਨਹੀਂ ਹੈਗੀ ਮੇਰੀ ਗੱਲ ਤਾਂ ਸੁਣ ਲਾ ਕੀ ਸੁਣਾ ਵੇ ਮੈਂ ਸੁਣਿਆ ਸੀ ਕਹਿੰਦੇ ਦੇਸੀ ਦੀ ਬੋਤਲ ਤੇ ਮੰਨ ਜਾਂਦੇ ਨੇ ਹੁਣ ਉਹ ਜ਼ਮਾਨਾ ਨੇ ਆ ਦੇਸੀ ਦੀ ਬੋਤਲ ਅਗਲੇ ਦੀ 70,000 ਤਨਖਾਹ ਗਈ ਮੈਂ ਤਾਂ 50,000 ਰੁਪਇਆ ਕਿਹਾ ਉਨੇ ਨੂੰ ਵੀ ਨਹੀਂ ਮੰਨੇ ਬਣੀਆਂ ਦੇਸੀ ਦੀ ਬੋਤਲ ਦੀ ਨਹੀਂ ਮੰਨਦੇ ਹੁਣ ਉਹ ਹੁਣ ਨਹੀਂ ਮੰਨਦੇ ਪਟਿਆਲੇ ਤੋਂ ਸਿੱਧੀ ਫਲਾਇੰਗ ਆਈ ਸੀ ਹਾਂ ਪਟਿਆਲੇ ਤੋਂ ਹਾਂ ਓਏ ਵੇ ਦੇਖ ਲਾ ਅੰਨੇ ਆਉ ਪਟਿਆਲੇ ਤੋਂ ਚੱਲ ਕੇ ਆ ਗਏ ਹੈ ਤੂੰ ਉੱਥੇ ਪਿਆ ਠੰਡਾ ਹੋਈ ਗਿਆ ਤੈਨੂੰ ਇਹਨੇ ਨਹੀਂ ਪਤਾ ਲੱਗਿਆ ਕਿ ਸਾਡੇ ਵੇੜੇ 'ਚ ਕੋਈ ਆ ਗਿਆ ਕੱਟਾ ਦਿਮਾਗ ਆ ਕੰਮ ਨਹੀਂ ਕਰਦਾ ਵੀ ਤੂੰ ਗੋਹਾ ਸਿੱਟਣ ਜਾਂਦੀ ਆ ਪਹਿਲਾਂ ਕੁੰਡੀ ਤਾਂ ਲਾ ਦੇ ਹੈ ਲਾ ਦੱਸ ਵੇ ਹੁਣ ਭਰੇ ਬਿਨਾਂ ਨਹੀਂ ਸਰਨਾ ਉਹ ਨਹੀਂ ਸਰਦਾ ਆ ਤੇਰੇ ਲਾ ਦੇ ਗਹਿਣੇ ਕੱਟੇ ਸਾਰੇ ਹੁਣ ਕਰ ਲਿਆ ਇਕੱਠੇ ਜਿਹੜੇ ਪੇਕਿਆਂ ਨੇ ਸੂਸ ਰਸਕ ਦਿੱਤਾ ਸਾਰਾ ਕਢਾ ਲਿਆ ਬੈਂਕ 'ਚੋਂ ਓਏ ਬੇ ਇਹ ਤਾਂ ਕੰਮ ਹੀ ਉਲਟਾ ਹੋ ਗਿਆ ਹੈ ਵੇ ਮੇਰੀ ਗੱਲ ਸੁਣ ਮੈਨੂੰ ਮਾਫ ਕਰ ਦੇ ਸੱਚੀ ਮੈਂ ਤਾਂ ਗਵਾਂਟਰ ਤੇ ਮਗਰ ਲੱਗ ਕੇ ਲਵਾਇਆ ਸੀ ਇਨਵਰਟਰ ਇੱਕ ਦਿਨ ਮੈਂ ਇਹਨਾਂ ਦੇ ਘਰੇ ਗਈ ਚੰਦਰੀ ਮੈਨੂੰ ਕਹਿੰਦੀ ਕਹਿੰਦੀ ਆਹ ਦੇਖ ਲਾ ਸਾਡੇ ਤਾਂ ਕਹਿੰਦੀ ਸਾਰੇ ਪੱਖੇ ਚੱਲਦੇ ਨੇ ਸਾਰੀਆਂ ਲਾਈਟਾਂ ਚੱਲਦੀਆਂ ਨੇ ਕਹਿੰਦੀ ਮੈਂ ਤੁਹਾਡੇ ਘਰ ਤਾਂ ਨਹੀਂ ਆਉਂਦੀ ਦੇਖਣ ਤਾਂ ਮੇਰੇ ਕਾਰਜੇ ਨੂੰ ਅੱਗ ਲੱਗ ਗਈ ਮੈਂ ਕਿਹਾ ਚੱਲ ਬਾੜੀ ਜਮਾਨ ਆਉਂਦਾ ਹੁਣ ਕੀ ਫਾਇਦਾ ਜਦੋਂ ਚਿੜੀਆਂ ਚੋਗੀ ਖੇਤ ਹੁਣ ਪਛਤਾਉਣ ਦਾ ਕੀ ਫਾਇਦਾ ਗੱਲ ਤਾਂ ਤੇਰੀ ਇਹ ਵੀ ਸਹੀ ਜਾ ਤੇ ਕੱਢ ਤੇਰੀਆਂ ਟੂਮਾਂ ਹੁਣ ਮੈਂ ਤਾਂ ਵੇਚ ਕੇ ਆਉਣਾ ਭਰਨੇ ਪੈਣਗੇ ਉਹਨੂੰ ਹਫ਼ਤਾ ਦਿੱਤਾ ਇਹਦੇ ਜੁਰਮਾਨਾ ਲੱਗੂਗਾ ਭਰਤੀਏ ਤੋਂ ਲੈ ਜਾ ਪੈਸੇ ਨਾ ਨਾ ਟੂਮਾ ਕੱਢ ਤੇਰੀ ਚੱਲ ਚੱਲ ਜਾਂ ਤੇਰੇ ਭਾਈ ਨੂੰ ਫੋਨ ਕਰ 50,000 ਰੁਪਇਆ ਦੇਊਗਾ ਮੈਂ ਤਾਂ ਰੁਪਇਆ ਨਹੀਂ ਲਾਉਂਦਾ ਚੱਲ ਚੱਲ ਤੈਨੂੰ ਪਤਾ ਲੱਗੂ ਮੇਰੀ ਗਲਤ ਹੋ ਗਿਆ ਮੈਂ ਤਾਂ ਆਪਦੇ ਪੈਰ ਤੇ ਘਲੜਾ ਆਪੀ ਮਾਰ 16 ਤੇ ਏਸੀ ਲਾਉਂਦਾ ਤੈਨੂੰ ਪਤਾ ਲੱਗੂਗਾ ਚੱਲ ਆ ਜਾ ਪੱਖੇ ਨਾਲ ਤੂੰ ਵੀ ਨਹੀਂ ਸਾਰਦੀ ਪੇਕਿਆਂ ਮਗਰ ਲੱਗ ਕੇ ਕੱਢ ਲਾ ਟੂਮਾ ਟਾਮਾ